ਜੈ ਗੁਰਦੇਵ। ਅੱਜ ਜੱਖ ਜੁਗਿਆਲ ਦੀਆਂ ਸੰਗਤਾਂ ਵੱਲੋਂ ਸਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜੋ ਪ੍ਰਕਾਸ਼ ਦਿਵਸ ਮਨਾਇਆ ਜਾ ਰਿਹਾ ਹੈ, ਦਾਸ ਸਾਰੀਆਂ ਹੀ ਸੰਗਤਾਂ ਨੂੰ ਅੱਜ ਗੁਰੂ ਜੀ ਦਾ ਪ੍ਰਕਾਸ਼ ਦਿਵਸ ਮਨਾਉਣ ਦੀ ਕੋਟਨ ਕੋਟ ਵਧਾਈ ਦਿੰਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀਓ, ਮੈਨੂੰ ਯਾਦ ਆ ਗਿਆ ਬਚਪਨ ਦੇ ਵਿੱਚ ਜੋ ਮੇਰੀ ਜਨਮ ਭੂਮੀ ਸੀ ਉੱਥੇ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਨ ਮਨਾਉਣ ਦੀ ਸਾਡੇ ਬਜ਼ੁਰਗਾਂ ਨੇ ਸਲਾਹ ਕੀਤੀ ਅਤੇ ਉੱਥੇ ਕੋਈ ਪ੍ਰਚਾਰਕ ਬੁਲਾ ਲਿਆ। ਜਦੋਂ ਉੱਥੇ ਪ੍ਰਚਾਰਕ ਪਹੁੰਚਿਆ, ਉਹਨੇ ਪ੍ਰਚਾਰ ਤਾਂ ਕੀਤਾ ਪਰ ਗੁਰੂ ਰਵਿਦਾਸ ਜੀ ਦੀ ਕੋਈ ਬਾਣੀ ਕੋਈ ਸ਼ਬਦ ਨਹੀਂ ਕਿਹਾ, ਕੋਈ ਇਤਿਹਾਸ ਨਹੀਂ ਕਿਹਾ, ਕਿਉਂਕਿ ਉਹਨਾਂ ਨੂੰ ਆਉਂਦਾ ਹੀ ਨਹੀਂ ਸੀ। ਗੱਲ ਉਹੀ ਹੋ ਗਈ ਉਦੋਂ, ਵਿਆਹ ਕਿਸੇ ਦਾ ਅਤੇ ਘੋੜੀਆਂ ਕਿਸੇ ਦੀਆਂ। ਅਤੇ ਅੱਜ ਮੈਨੂੰ ਖੁਸ਼ੀ ਹੋਈ ਕਿ ਗਿਆਨੀ ਜੀ ਆਏ ਸਨ, ਉਹਨਾਂ ਨੇ ਬਾਣੀ ਨੂੰ ਪੜ੍ਹਨਾ ਸੀ। ਪਰ ਇਹ ਬੱਚੀ ਕਹਿੰਦੀ, ਜੇ ਕਵੋ ਤਾਂ ਮੈਂ ਬਾਣੀ ਪੜ੍ਹਾਂ। ਮੈਂ ਕਿਹਾ ਤੂੰ ਪੜ੍ਹ ਲੇਂਗੀ? ਕਹਿੰਦੀ ਹਾਂਜੀ ਮੈਂ ਪੜ੍ਹਾਂਗੀ, ਤੁਸੀਂ ਦੱਸੋ ਕਿਹੜੀ ਬਾਣੀ ਪੜ੍ਹਨੀ ਹੈ। ਇੱਕ ਸੱਤ ਅੱਠ ਸਾਲ ਦੀ ਬੱਚੀ, 7 ਸਾਲ ਦੀ ਹੈ ਇਹਦੀ ਉਮਰ, ਭਜਨ ਤਾਂ ਪਹਿਲਾਂ ਵੀ ਬੋਲਦੀ ਸੀ ਪਰ ਮੈਨੂੰ ਇਹ ਨਹੀਂ ਸੀ ਕਿ ਬਾਣੀ ਵੀ ਪੜ੍ਹ ਲੇਗੀ। ਕਹਿਣ ਦਾ ਭਾਵ, ਸਤਿਗੁਰੂ ਜੀ ਦੀ ਐਸੀ ਬਖਸ਼ਿਸ਼ ਹੋਈ, ਐਸੀ ਕਿਰਪਾ ਹੋਈ, ਛੋਟੇ ਛੋਟੇ ਬੱਚੇ ਵੀ ਅੱਜ ਗੁਰੂ ਜੀ ਨੂੰ ਜਾਣਨ ਲੱਗ ਪਏ, ਉਹਨਾਂ ਦੀ ਬਾਣੀ ਨੂੰ ਜਾਣਨ ਲੱਗ ਪਏ, ਪੜ੍ਹਨ ਲੱਗ ਪਏ। ਇੱਕ 7 ਸਾਲ ਦਾ ਬੱਚਾ, ਮੇਰਾ ਖਿਆਲ ਹੈ ਸੈਂ ਇੰਨੇ ਲੋਕਾਂ ਦੇ ਸਾਹਮਣੇ ਖੜ੍ਹਾ ਹੋਣਾ ਵੀ ਉਹਦੇ ਲਈ ਮੁਸ਼ਕਲ ਹੋ ਜਾਵੇ, ਬਾਣੀ ਪੜ੍ਹਨਾ ਤਾਂ ਬਹੁਤ ਦੂਰ ਦੀ ਗੱਲ। ਗੁਰੂ ਪਿਆਰੀ ਸਤ ਸੰਗਤ ਜੀਓ, ਸਤਿਗੁਰੂ ਜੀ ਦਾ ਬੜਾ ਵੱਡਾ ਇਤਿਹਾਸ ਹੈ। ਕਹਿੰਦੇ 1433 ਮਾਘ ਸੁਦੀ 15 ਦੁਖੀਆਂ ਕੇ ਕਲਿਆਣ ਹਿੱਤ ਪ੍ਰਗਟੇ ਗੁਰੂ ਰਵਿਦਾਸ। ਗੁਰੂ ਜੀ ਦਾ ਜਨਮ 1433 ਨੂੰ ਹੋਇਆ ਔਰ 1584 ਪਈ ਚਿਤੌੜ ਮੇਂ ਪੀੜ ਜਰ ਜਰ ਦੇ ਕੰਚਨ ਪਈ ਤੇ ਰਵ ਰਵ ਮਿਲਿਓ ਸਰੀਰ। 1584 'ਚ ਗੁਰੂ ਜੀ ਜੋਤੀ ਜੋਤ ਸਮਾ ਗਏ। ਇਹਨਾਂ ਦੋਵਾਂ ਸਲੋਕਾਂ ਦੇ ਹਿਸਾਬ ਦੇ ਨਾਲ ਗੁਰੂ ਜੀ ਦੀ ਉਮਰ ਆਜੂ 151 ਸਾਲ ਬਣਦੀ ਅਤੇ 151 ਸਾਲ ਦਾ ਇਤਿਹਾਸ ਕੋਈ ਇੱਕ ਦਿਨ 'ਚ ਇੱਕ ਘੰਟੇ 'ਚ ਕੀ ਕਹਿ ਸਕਦਾ। ਉਹਨਾਂ ਦਾ ਬਹੁਤ ਵੱਡਾ ਇਤਿਹਾਸ ਹੈ। ਵੈਸੇ ਤਾਂ ਉਹਨਾਂ ਨੇ ਜਨਮ ਤੋਂ ਹੀ ਲੀਲਾ ਦੱਸਣੀਆਂ ਸ਼ੁਰੂ ਕੀਤੀਆਂ। ਜਦੋਂ ਇਹਨਾਂ ਦਾ ਜਨਮ ਹੋਇਆ, ਜਿਹੜੀ ਦਾਈ ਉੱਥੇ ਕੰਮ ਕਰਦੀ ਪਈ ਸੀ ਉਹ ਅੰਧੀ ਸੀ, ਉਹਨੂੰ ਦਿਖਾਈ ਨਹੀਂ ਸੀ ਦਿੰਦਾ। ਜਿਉਂ ਹੀ ਗੁਰੂ ਜੀ ਨੇ ਬਰਥ ਲਿਆ, ਉਹਨਾਂ ਦੇ ਸਰੀਰ ਦੀ ਦਾਈ ਸਾਫ ਕਰਨ ਲੱਗੀ ਸਰੀਰ ਨੂੰ। ਜਿਉਂ ਹੀ ਉਹਨਾਂ ਦੇ ਚਰਨਾਂ ਨੂੰ ਹੱਥ ਲੱਗੇ, ਦਾਈ ਨੂੰ ਦਿਖਾਈ ਦੇਣ ਲੱਗ ਪਿਆ। ਦਾਈ ਬੋਲੀ, ਇਹ ਭੈਣ
ਕਲਸਾਂ ਤੇਰਾ ਪੁੱਤ ਸਧਾਰਨ ਨਹੀਂ ਹੋ, ਇਹ ਕੋਈ ਰੱਬ ਰੂਪ ਹੈ, ਤੂੰ ਵੀ ਜਾਣਦੀ ਹੈ, ਸਾਰੇ ਹੀ ਜਾਣਦੇ ਨੇ। ਮੈਨੂੰ ਬਹੁਤ ਦੇਰ ਤੋਂ ਦਿਖਾਈ ਦੇਣਾ ਬੰਦ ਹੋ ਗਿਆ ਸੀ, ਪਰ ਦੇਖ ਮੈਨੂੰ ਲੱਭਣ ਲੱਗ ਪਿਆ ਜਿਉਂ ਹੀ ਇਹਨਾਂ ਦੇ ਚਰਨ ਸਪਰਸ਼ ਕੀਤੇ। ਬਚਪਨ ਵਿੱਚ ਖੇਡਣ ਜਾਂਦੇ ਨੇ, ਇਹਨਾਂ ਦਾ ਸਾਥੀ ਜੀਵਨ ਉਹਦੀ ਮੌਤ ਹੋ ਜਾਂਦੀ ਹੈ। ਉਹਨੂੰ ਪਕੜਿਆ ਕਹਿੰਦਾ ਐਵੇਂ ਕੇਸਲਾ ਨਾ ਬਣ, ਉੱਠ ਵਾਰੀ ਦੇ ਚੱਲ ਕੇ। ਸਾਰੇ ਲੋਕ ਹੈਰਾਨ ਹੋ ਗਏ। ਕਿਤੇ ਗੁਰੂ ਜੀ ਨੇ ਚਾਰ ਯੁੱਗ ਦੇ ਜੰਝੂ ਦੱਸ ਦਿੱਤੇ, ਕਿਤੇ ਉਲਟ ਗੰਗਾ ਚਲਾ ਦਿੱਤੀ, ਕਿਤੇ ਪੱਥਰਾਂ ਨੂੰ ਪਾਣੀ 'ਚ ਤਾਰ ਦਿੱਤਾ, ਕਿਤੇ ਉਹਨਾਂ ਨੇ ਕੁੰਡੇ ਵਿੱਚ ਗੰਗਾ ਦੱਸਤੀ, ਜਿੰਥੇ ਕਿਹਾ ਮਨ ਚੰਗਾ ਤੂੰ ਕਟੋਤੀ ਮੈਂ ਗੰਗਾ, ਕਿਤੇ ਮੀਰਾਂ 'ਤੇ ਸੁੱਟੇ ਸੱਪ ਦੇ ਹਾਰ ਬਣਾ ਦਿੱਤੇ, ਅਤੇ ਕਿ ਦਿੱਤੇ ਜ਼ਹਿਰ ਨੂੰ ਅੰਮ੍ਰਿਤ ਕਰ ਦਿੱਤਾ। ਗੁਰੂ ਜੀ ਦਾ ਬਹੁਤ ਵੱਡਾ ਇਤਿਹਾਸ, ਉਸੇ ਇਤਿਹਾਸ 'ਚੋਂ ਸੰਖੇਪ ਜਿਹਾ ਇਤਿਹਾਸ ਇਸ ਸਬਦ 'ਚ ਗੁਰੂ ਜੀ ਨੇ ਕਿਹਾ। ਇਤਿਹਾਸ ਦੱਸਦਾ ਕਿ ਜਦੋਂ ਰਾਜਾ ਹਰਦੇਵ ਸਿੰਘ ਨਾਗਰਮੱਲ ਨੇ ਗੁਰੂ ਜੀ ਨੂੰ ਆਪਣਾ ਗੁਰੂ ਬਣਾ ਲਿਆ, ਉਹਨਾਂ ਦੇ ਗਿਆਨ ਅੱਗੇ ਝੁੱਕ ਗਿਆ ਰਾਜਾ, ਤੋ ਇੱਕ ਦਿਨ ਰਾਜਾ ਦੇ ਮਨ 'ਚ ਸੋਚ ਆਈ ਕਿ ਉਹਨਾਂ ਗੁਰੂ ਜੀ ਨੂੰ ਆਪਣੇ ਮਹੱਲਾਂ 'ਚ ਬੁਲਾਇਆ ਜਾਏ, ਮੇਰੇ ਗ੍ਰਹਿ ਵਿੱਚ ਗੁਰੂ ਜੀ ਦੇ ਚਰਨ ਪੈ ਜਾਣ, ਮੇਰਾ ਘਰ ਵੀ ਪਵਿੱਤਰ ਹੋ ਜਾਵੇ। ਐਸੀ ਸੋਚ ਰਾਜਾ ਦੇ ਮਨ 'ਚ ਆਈ। ਰਾਜਾ ਜੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ, ਗੁਰੂ ਜੀ ਨੇ ਰਾਜਾ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਅਤੇ ਕਿਹਾ ਠੀਕ ਹੈ ਰਾਜਾ, ਇੰਨੀ ਤਰੀਕ ਨੂੰ ਮੈਂ ਤੇਰੇ ਕੋਲ ਆਵਾਂਗਾ। ਰਾਜਾ ਸਤਿਗੁਰੂ ਜੀ ਦੇ ਆਉਣ ਦੀਆਂ ਉਡੀਕਾਂ ਕਰਨ ਲੱਗਾ। ਜਿਸ ਦਿਨ ਗੁਰੂ ਜੀ ਨੇ ਆਉਣਾ ਸੀ, ਬਹੁਤ ਸਾਰੀ ਸੰਗਤ ਨੂੰ ਵੀ ਬੁਲਾਇਆ ਅਤੇ ਸੋਚਣ ਲੱਗੇ ਕਿ ਜਿਸ ਤੋਂ ਗੁਰੂ ਜੀ ਆਉਣਗੇ, ਪਹਿਲਾਂ ਗੁਰੂ ਜੀ ਦੇ ਆਉਣ ਤੋਂ ਸੰਗਤ ਨੂੰ ਸਨਾਨ ਵਾਸਤੇ ਕੋਈ ਵਿਦਿਵਾਨ ਬੁਲਾਏ ਜਾਣ, ਅਤੇ ਉਹਨਾਂ ਨੇ ਬਨਾਰਸ ਦੇ ਮਹਾਨ ਵਿਦਿਵਾਨ ਕਹਿ ਲਏ। ਉਹ ਸੰਗਤਾਂ ਨੂੰ ਵੇਦ ਮੰਤਰਾਂ ਦਾ ਉਚਾਰਨ ਕਰਕੇ ਦੱਸਣ ਲੱਗੇ। ਜਦੋਂ ਗੁਰੂ ਜੀ ਪਹੁੰਚੇ ਤਾਂ ਗੁਰੂ ਜੀ ਲਈ ਇੱਕ ਸੁਨਹਿਰੀ ਸਿੰਘਾਸਨ ਬਣਾਇਆ ਹੋਇਆ ਸੀ ਰਾਜੇ ਨੇ। ਤੁਸੀਂ ਇਹ ਸਾਹਮਣੇ ਪੋਸਟਰ ਲੱਗਾ, ਉਹ ਉਸੇ ਝਲਕ ਨੂੰ ਦਿੰਦਾ। ਐਸਾ ਸਿੰਘਾਸਨ, ਸੁਨਹਿਰੀ ਸਿੰਘਾਸਨ ਬਣਾਇਆ, ਉਹਦੇ 'ਤੇ ਗੁਰੂ ਜੀ ਨੂੰ ਬਿਠਾਇਆ ਅਤੇ ਰਾਜਾ ਉਹਨਾਂ ਦੇ ਚਰਨਾਂ 'ਚ ਬੈਠ ਗਿਆ। ਜਾਂ ਰਾਜਾ ਉਹਨਾਂ ਦੇ ਚਰਨਾਂ 'ਚ ਬੈਠ ਗਿਆ, ਉਹ ਜਿਹੜੇ ਮਾਨਵ ਵਿਰੋਧੀ ਸਨ ਪਰ ਆਪਣੇ ਆਪ ਨੂੰ ਮਹਾਨ ਵਿਦਿਵਾਨ ਕਹਿੰਦੇ ਸਨ, ਉਹਨਾਂ ਨੇ ਕਿਹਾ ਰਾਜਾ ਸਾਨੂੰ ਇਤਨੇ ਇਤਨੇ ਮਹਾਨ ਵਿਦਿਵਾਨਾਂ ਨੂੰ ਬੁਲਾਇਆ ਔਰ ਇਸ ਨੀਚ ਨੂੰ ਤੁਸੀਂ ਸਿੰਘਾਸਨ 'ਤੇ ਬਿਠਾ ਦਿੱਤਾ, ਤੇਰਾ ਬੈਠ ਕੇ ਅਸੀਂ ਭੋਜਨ ਨਹੀਂ ਖਾਵਾਂਗੇ ਰਾਜਾ, ਔਰ ਯਾਦ ਰੱਖ ਤੈਨੂੰ ਸਰਾਫ ਦੇ ਕੇ ਚਲੇ ਜਾਵਾਂਗੇ, ਜਾਂ ਇਸ ਨੂੰ ਨੀਚੇ ਉਤਾਰ। ਜਦੋਂ ਰਾਜਾ ਨੂੰ ਇਹ ਗੱਲ ਕਹੀ ਤਾਂ ਰਾਜੇ ਨੂੰ ਗੁੱਸਾ ਆ ਗਿਆ, ਕ੍ਰੋਧਿਤ ਹੋ ਗਏ। ਰਾਜਾ ਕਹਿਣ ਲੱਗੇ ਐ ਸਤਿਗੁਰੂ ਜੀ ਹੁਕਮ ਕਰੋ। ਰਾਜਾ ਕਹਿੰਦਾ ਸਤਿਗੁਰ ਕਰੀਏ ਐਸੀ ਕਾਰ, ਪਰਮੀ ਇਹ ਜੋ ਲੋਕ ਹੈ ਕਰਾਂ ਸਹਿਰ ਤੋਂ ਬਾਹਰ।
ਐ ਸਤਿਗੁਰੂ ਹੁਕਮ ਕਰੋ, ਇਹਨਾਂ ਨੂੰ ਮੈਂ ਸਹਿਰੋਂ ਬਾਹਰ ਕੱਢ ਦਿਆਂ, ਇਹਨਾਂ ਨੂੰ ਮੈਂ ਦੇਸ ਨਿਕਾਲਾ ਦੇ ਦੇਵਾਂ, ਇਹਨਾਂ ਨੂੰ ਕਾਲੇ ਪਾਣੀ ਦੀ ਸਜ਼ਾ ਦੇ ਦੇਵਾਂ, ਜਿਨ੍ਹਾਂ ਨੇ ਤੁਹਾਨੂੰ ਨੀਚ ਕਿਹਾ ਹੈ। ਮੇਰੇ ਗੁਰੂ ਨੂੰ, ਰਾਜਗੁਰੂ ਨੂੰ ਇਹ ਗੱਲ ਕਹਿ ਦੇਣ। ਹੁਣ ਡਰ ਗਏ ਅੰਦਰੋਂ ਅੰਦਰੀ, ਉਹ ਰਾਜਾ ਤੇ ਬਹੁਤ ਕ੍ਰੋਧਿਤ ਹੋ ਗਿਆ। ਇਹ ਬਾਹਰ ਨਹੀਂ ਕਾਲੇ ਪਾਣੀ ਦੀ ਸਜ਼ਾ ਨਹੀਂ, ਇਹ ਸਾਨੂੰ ਫਾਂਸੀ ਤੇ ਹੁਣੇ ਚੜਵਾ ਦੇਗਾ, ਜਿਹਨੂੰ ਅਸੀਂ ਨੀਚ ਕਹਿ ਦਿੱਤਾ। ਇਹ ਰਵਿਦਾਸ ਸਾਨੂੰ ਛੱਡੇਗਾ ਨਹੀਂ ਹੁਣ। ਪਰ ਗੁਰੂ ਜੀ ਮੁਸਕਰਾਏ, ਕਹਿਣ ਲੱਗੇ, ਨਹੀਂ ਰਾਜਾ, ਸਤਿਗੁਰ ਕਹਿੰਦੇ ਰਾਜਿਆ ਸੁਣੋ ਹਮਾਰੀ ਬੋਧ, ਕ੍ਰੋਧ ਕਰਨ ਤੇ ਧਰਮ ਨਸ਼ਟ ਤਾਂ ਤੇ ਤਜੋ ਕ੍ਰੋਧ। ਰਾਜਾ ਤੂੰ ਗੁਰਮੁਖ ਹੈ ਤੇ ਗੁਰਮੁਖ ਵਿੱਚ ਕਦੇ ਵੀ ਕ੍ਰੋਧ ਨਹੀਂ ਹੋਣਾ ਚਾਹੀਦਾ, ਗੁਰਮੁਖ 'ਚ ਕਦੇ ਕ੍ਰੋਧ ਨਹੀਂ ਹੋਣਾ ਚਾਹੀਦਾ। ਅਸੀਂ ਸਾਰੇ ਗੁਰਮੁਖ ਹਾਂ ਤੇ ਸਾਨੂੰ ਵੀ ਗੁਰੂ ਜੀ ਦੀ ਸਿੱਖਿਆ ਹੈ, ਸਾਡੇ ਵਿੱਚ ਵੀ ਕ੍ਰੋਧ ਨਹੀਂ ਹੋਣਾ ਚਾਹੀਦਾ। ਕ੍ਰੋਧ ਆਉਂਦਾ ਥੋੜ੍ਹੇ ਸਮੇਂ ਲਈ ਹੈ, ਨੁਕਸਾਨ ਬਹੁਤ ਕਰਕੇ ਜਾਂਦਾ ਹੈ, ਤੋ ਅਸੀਂ ਕ੍ਰੋਧ ਵਿੱਚ ਨਹੀਂ ਆਉਣਾ। ਗੁਰੂ ਪਿਆਰੀ ਸਤ ਸੰਗਤ ਜੀਓ, ਸਤਿਗੁਰ ਕਹਿੰਦੇ ਰਾਜਾ ਇਹਨਾਂ ਨੂੰ ਸਹਿਰੋਂ ਬਾਹਰ ਕੱਢਣ ਦੀ ਜ਼ਰੂਰਤ ਨਹੀਂ ਹੈ, ਇਹਨਾਂ ਨੂੰ ਕਾਲੇ ਪਾਣੀ ਦੀ ਸਜ਼ਾ ਦੇਣ ਦੀ ਜ਼ਰੂਰਤ ਨਹੀਂ ਹੈ, ਇਹਨਾਂ ਨੂੰ ਦੇਸ ਨਿਕਾਲਾ ਦੇਣ ਦੀ ਜ਼ਰੂਰਤ ਨਹੀਂ ਹੈ। ਰਾਜਾ ਮੈਂ ਇਹਨਾਂ ਦੇ ਅੰਦਰ ਦੇ ਭਰਮ ਨੂੰ ਬਾਹਰ ਕੱਢ ਦਿਆਂਗਾ। ਵੈਸੇ ਤਾਂ ਅੱਧਾ ਭਰਮ ਗੁਰੂ ਜੀ ਦੀ ਇਸ ਨਿਮਰਤਾ ਦੇ ਨਾਲ ਹੀ ਉਹਨਾਂ ਦਾ ਖਤਮ ਹੋ ਗਿਆ। ਸਤਿਗੁਰ ਕਹਿੰਦੇ ਮੈਂ ਨੀਚੇ ਬੈਠ ਜਾਂਦਾ, ਇਹਨਾਂ ਨੂੰ ਭੋਜਨ ਜ਼ਰੂਰ ਖਿਲਾ ਕੇ ਭੇਜਣਾ, ਘਰ ਆਇਆਂ ਨੂੰ ਭੁੱਖਿਆ ਨਹੀਂ ਭੇਜੀਦਾ ਰਾਜਾ, ਇਹ ਤੇਰੇ ਦਰ 'ਤੇ ਆਏ ਨੇ। ਮੈਂ ਨੀਚੇ ਬੈਠ ਜਾਂਦਾ ਹਾਂ ਜੇ ਇਹਨਾਂ ਨੂੰ ਸਿੰਘਾਸਨ 'ਤੇ ਬੈਠਿਆਂ ਤਕਲੀਫ ਹੈ। ਨਹੀਂ ਜੀ, ਤੁਸੀਂ ਰਾਜਗੁਰੂ ਹੋ, ਤੁਸੀਂ ਨੀਚੇ ਨਹੀਂ ਬੈਠ ਸਕਦੇ। ਰਾਜਾ ਆਪਣੇ ਰੂਮ 'ਚ ਲੈ ਗਿਆ, ਉੱਥੇ ਬਿਠਾ ਦਿੱਤਾ ਪਲੰਗ ਤੇ ਸੇਵਾ 'ਚ ਜੁੜ ਗਿਆ ਰਾਜਾ। ਉਧਰ ਨੌਕਰਾਂ ਨੂੰ ਕਹਿ ਦਿੱਤਾ ਇਹ ਜਿਤਨੀ ਸੰਗਤ ਆਈ ਹੈ ਇਹਨਾਂ ਨੂੰ ਭੋਜਨ ਖਿਲਾਓ। ਉਹ ਬਨਾਰਸ ਦੇ ਮਹਾਨ ਜਿਹੜੇ ਆਪਣੇ ਆਪ ਨੂੰ ਵਿਦਵਾਨ ਸਮਝਦੇ ਸਨ, ਮਾਨਵੀ ਵਿਰੋਧੀ ਸਨ, ਵੈਸੇ ਇਨਸਾਨੀਅਤ ਦੇ ਖਿਲਾਫ ਸਨ, ਉਹਨਾਂ ਨੂੰ ਜਦੋਂ ਉਹ ਭੋਜਨ ਖਿਲਾਉਣ ਲੱਗੇ, ਕਹਿੰਦੇ ਚੁੱਕੇ ਪੂਰ ਕੇ ਥਾਲ ਜਾਂ ਨੌਕਰਾਂ ਨੇ ਇਕੱਲੇ ਇਕੱਲੇ ਨੂੰ ਰੱਖ ਵਰਤਾਉਣ ਲੱਗੇ, ਉਹਨਾਂ ਚੁੱਕ ਗਰਾਈ ਜਾਂ ਮੁੱਖ ਲਾਈ, ਨਾਲ ਇੱਕ ਰਵਿਦਾਸ ਵੀ ਪਾਉਣ ਲੱਗੇ, ਤੇਰੇ ਨਾਲ ਹੈ ਬੈਠ ਰਵਿਦਾਸ, ਖਾਵੇ ਜਾਵੇ ਪੇਸ ਨਾ ਖਿਜਣੀਆਂ ਪਾਉਣ ਲੱਗੇ। ਕਹਿੰਦੇ ਉਹ ਤੂੰ ਤਾਂ ਕਹਿੰਦਾ ਸੀ ਉਹ ਸਿੰਘਾਸਨ 'ਤੇ ਕਿਉਂ ਬੈਠਾ ਹੋਇਆ ਹੈ, ਹੁਣ ਕੋਲ ਬਿਠਾ ਲਿਆ ਖਾਣ। ਕਹਿੰਦਾ ਬੜਾ ਸਿਆਣਾ, ਮੇਰੇ ਨਾਲ ਕਦੋਂ ਆ ਤਾਂ ਤੇਰੇ ਨਾਲ ਖਾ ਰਿਹਾ। ਉਹ ਜਿਤਨੇ ਲੋਕ ਸਨ ਉਤਨੇ ਗੁਰੂ ਜੀ ਦੇ ਰੂਪ ਬਣ ਕੇ ਰੌਲਾ ਪੈ ਗਿਆ, ਰਵਿਦਾਸ ਤੇਰੇ ਨਾਲ ਹੈ,
ਦੂਜਾ ਕਹਿੰਦਾ ਰਵਿਦਾਸ ਤੇਰੇ ਨਾਲ ਹੈ, ਗੁਰੂ ਜੀ ਤੇ ਅੰਦਰ ਸਨ। ਰਾਜਾ ਕਹਿੰਦਾ ਬਾਹਰ ਰੌਲਾ ਕੀ ਪੈ ਗਿਆ, ਜਾਂ ਦੇਖਿਆ ਰਾਜਾ ਨੇ ਤੂੰ ਸਭਨਾਂ ਦੇ ਨਾਲ ਗੁਰੂ ਜੀ ਬੈਠੇ ਹੋਏ ਨੇ। ਉਹਨਾਂ ਦਾ ਮਨ ਟੁੱਟ ਗਿਆ, ਪਰਮ ਬਾਹਰ ਨਿਕਲ ਗਿਆ ਅਤੇ ਸਤਿਗੁਰ ਜੀ ਦੇ ਚਰਨਾਂ 'ਤੇ ਨਤਮਸਤਕ ਹੋਏ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਆਇਆ ਕਿ ਮੇਰੀ ਜਾਤ ਕੁੱਟ ਬਾਂਡਲਾ ਟੋਰ ਟਵੰਤਾ, ਨਿਤ ਹੀ ਬਨਾਰਸੀ ਆਸ ਪਾਸਾ, ਅਬ ਵਿਪਰ ਪ੍ਰਧਾਨ ਕਰੇ ਡਿੰਡੋਤ, ਤੇਰੇ ਸਰਨਾਏ ਰਵਿਦਾਸ ਦਾਸਨ ਦਾਸਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਆਇਆ ਕਿ ਉਦੋਂ ਉਸ ਉਹਨਾਂ ਦੇ ਅੱਗੇ ਡੰਡੌਤਾਂ ਕਰਨ ਲੱਗੇ। ਰਾਜਾ ਬੜਾ ਪ੍ਰਭਾਵਿਤ ਹੋਇਆ, ਐ ਸਤਿਗੁਰੂ ਜੀ ਤੁਸੀਂ ਪੱਥਰ ਵੀ ਮੂਮ ਬਣਾ ਦਿੱਤੇ, ਕਦੀ ਸੋਚਿਆ ਨਹੀਂ ਸੀ ਇਹਨਾਂ ਨੂੰ ਵੀ ਗਿਆਨ ਹੋਏਗਾ, ਇਹ ਵੀ ਨਿਮਰਤਾ 'ਚ ਆ ਜਾਣਗੇ, ਅੱਜ ਇਹ ਵੀ ਪਿਘਲ ਗਏ। ਤੁਹਾਡੀ ਐਸੀ ਬਖਸ਼ਿਸ਼ ਹੋਈ, ਐਸੀ ਕਿਰਪਾ ਹੋਈ। ਉਸ ਵਕਤ ਰਾਜੇ ਨੇ ਮੰਤਰੀ ਮੰਡਲ ਨੂੰ ਬੁਲਾਇਆ ਅਤੇ ਕਿਹਾ ਕੱਲ੍ਹ ਗੁਰੂ ਜੀ ਦੀ ਸੋਭਾ ਯਾਤਰਾ ਹੋਵੇਗੀ, ਨਗਰ 'ਚ ਟੰਡੋਰਾ ਦੇ ਦਿੱਤਾ ਜਾਵੇ, ਇੱਕ ਹੀਰਿਆਂ ਜੜਤ ਰੱਥ ਬਣਵਾਇਆ ਜਾਏ। ਅੱਜ ਪੂਰੇ ਬਨਾਰਸ ਸ਼ਹਿਰ ਨੂੰ ਇੱਕ ਦੁਹਲਨ ਦੀ ਤਰ੍ਹਾਂ ਸਜਾ ਦਿੱਤਾ ਗਿਆ ਹੈ, ਔਰ ਹੀਰਿਆਂ ਜੜਤ ਰੱਥ 'ਤੇ ਗੁਰੂ ਜੀ ਨੂੰ ਬਿਠਾਇਆ ਗਿਆ ਹੈ। ਰਾਜਾ ਆਪਣੇ ਹੱਥਾਂ ਦੇ ਨਾਲ ਗੁਰੂ ਜੀ ਨੂੰ ਚਵਰ ਚਲਾ ਰਿਹਾ ਹੈ, ਚਾਰੇ ਪਾਸੇ ਜੈ ਜੈਕਾਰ ਹੋ ਰਹੀ ਹੈ, ਬਨਾਰਸ ਦੇ ਸਾਰੇ ਲੋਕ ਸੜਕਾਂ 'ਤੇ ਆ ਕੇ ਜੁੜ ਗਏ ਹਨ, ਫੁੱਲਾਂ ਦੀ ਵਰਖਾ ਹੋ ਰਹੀ ਹੈ। ਜਾਂ ਗੁਰੂ ਜੀ ਨੇ ਪੀਸੇ ਚਾਤੀ ਮਾਰੀ, ਤੂੰ ਜਿਹੜੇ ਮਾਨਵ ਵਿਰੋਧੀ ਲੋਕ ਸਨ ਉਹਨਾਂ ਦੇ ਦੋਖੀ ਸਨ, ਉਹਨਾਂ ਨੇ ਹੀ ਕਿਸੇ ਨੇ ਗੱਲ 'ਚ ਟੋਲਕ ਪਾਈ ਹੋਈ ਹੈ, ਕਿਸੇ ਨੇ ਚਿਮਟਾ ਲਿਆ ਹੋਇਆ, ਕੋਈ ਖੜਤਾਲਾਂ ਵਜਾ ਰਿਹਾ ਅਤੇ ਗੁਰੂ ਜੀ ਦੀ ਮਹਿਮਾ ਗਾ ਰਿਹਾ। ਅਤੇ ਗੁਰੂ ਜੀ ਨੇ ਉਦੋਂ ਇਹ ਨਹੀਂ ਕਿਹਾ ਕਿ ਮੇਰੀ ਬਹਾਦਰੀ ਹੈ, ਸਗੋਂ ਗੁਰੂ ਜੀ ਨੇ ਕੀ ਕਿਹਾ, ਐਸੀ ਲਾਲ ਤੁਜ ਬਿਨ ਕਮਨ ਕਰੀ, ਇਹ ਮੇਰੇ ਮਾਲਕਾ ਐਸੀ ਕਿਰਪਾ ਐਸੀ ਬਖਸ਼ਿਸ਼ ਭਲਾ ਤੇਰੇ ਬਿਨਾਂ ਮੇਰੇ 'ਤੇ ਕੌਣ ਕਰ ਸਕਦਾ ਸੀ। ਗਰੀਬ ਨਿਵਾਜ ਗੁਸਈਆਂ ਮੇਰਾ ਮਾਥੇ ਸਥਰ ਤਰੇ, ਉਹ ਗਰੀਬਾਂ ਨੂੰ ਨਿਵਾਜਨੇ ਵਾਲੇ, ਉਹ ਮੇਰੇ ਗੁਸਈਆਂ, ਉਹ ਮੇਰੇ ਪ੍ਰਭੂ, ਤੂੰ ਐਸੀ ਕਿਰਪਾ ਕਰ ਦਿੰਦਾ ਗਰੀਬਾਂ 'ਤੇ ਸਿਰ 'ਤੇ ਵੀ ਸਥਰ ਚੁਲਾ ਦਿੰਦਾ, ਇਹ ਤੇਰੀ ਬਖਸ਼ਿਸ਼ ਹੈ, ਤੇਰੀ ਕਿਰਪਾ ਹੈ। ਇਹ ਗੁਰੂ ਜੀ ਨੇ ਪ੍ਰਭੂ ਨੂੰ ਕਿਹਾ, ਪਰਦਾਸ ਗੁਰੂ ਜੀ ਨੂੰ ਕਹਿੰਦਾ ਕਿ ਸਤਿਗੁਰ ਜੀ ਐਸੀ ਲਾਲ ਤੁਜ ਬਿਨ ਕੌਣ ਕਰੇ, ਅੱਜ ਇਹ ਜੋ ਕਿਰਪਾ ਬਰਸ ਰਹੀ ਹੈ ਇਹ ਸਤਿਗੁਰ ਜੀ ਤੁਹਾਡੀ ਬਖਸ਼ਿਸ਼ ਦੇ ਨਾਲ, ਨਹੀਂ ਤਾਂ ਇਹ ਛੋਟਾ ਜਿਹਾ ਗਰਾਂ ਜੱਖ ਜੁਗਿਆਲ ਇੱਥੇ 10 ਜੀਆਂ ਨੂੰ ਇਕੱਠਿਆਂ ਕਰਨਾ ਹੋਏ ਤਾਂ ਮੁਸ਼ਕਲ ਹੈ, ਕਿਉਂਕਿ ਸਾਡੇ ਵਿੱਚ ਜੋ ਗੁਣ ਨੇ ਜਾਣਦੇ ਹੀ ਉਹ ਇੱਕ ਦਾ ਮੂੰਹ ਉੱਧਰ ਨੂੰ ਇੱਕ ਦਾ ਮੂੰਹ ਉੱਧਰ ਨੂੰ। ਅੱਜ ਸਤਿਗੁਰ ਦੀ ਬਖਸ਼ਿਸ਼ ਹੋਈ, ਕਿਰਪਾ ਹੋਈ, ਇਤਨੀ ਸੰਗਤ ਜੁੜੀ ਹੋਈ ਹੈ, ਔਰ ਇਤਨਾ ਸੋਨਾ ਪੰਡਾਲ ਸੱਜਿਆ ਹੋਇਆ ਇੱਕ ਛੋਟੇ ਜਿਹੇ ਗਰਾਂ 'ਚ ਇਹ ਗੁਰੂ ਦੀ ਕਿਰਪਾ ਨਾਲ।
ਅੱਜ ਛੋਟੇ ਛੋਟੇ ਬੱਚੇ ਗੁਰੂ ਜੀ ਦੀ ਬਾਣੀ ਨੂੰ ਕਹਿ ਜਾਣ, ਇਹ ਉਹਨਾਂ ਦੀ ਕਿਰਪਾ ਦੇ ਨਾਲ, ਉਹਨਾਂ ਦੀ ਬਖਸ਼ਿਸ਼ ਦੇ ਨਾਲ ਉਹਨਾਂ ਹੁੰਦੇ ਤੋਂ ਸਾਡੇ 'ਤੇ ਇਹ ਦਿਨ ਨਹੀਂ ਸਨ ਹੋਣ। ਹੁੰਦੇ ਜ਼ਿੰਦਗੀ ਨਾ ਤੋਂ ਨਹੀਂ ਜਾਣ, ਨਾ ਕੋਈ ਜ਼ਿੰਦਗੀ ਜੀਣ ਦਾ ਚੱਜ ਹੁੰਦਾ, ਪ੍ਰਾਚੀਨ ਜ਼ਮਾਨੇ ਦੇ ਸਦਕਾ ਭੈੜਾ ਹਾਲ ਗਰੀਬਾਂ ਦਾ ਅੱਜ ਹੁੰਦਾ। ਪਹਿਲੇ ਵਾਂਗ ਹੀ ਬੁਰਕੀਆਂ ਝੂਠ ਖਾਂਦੇ, ਭੁੱਖੇ ਪੇਟ ਦਾ ਕਦੇ ਨਾ ਰੱਜ ਹੁੰਦਾ। ਇਹਨਾਂ ਪੱਗਾਂ ਦੁਪੱਟਿਆਂ ਚੁੰਨੀਆਂ ਦੀ ਥਾਂ ਸਾਡੇ ਸਿਰਾਂ 'ਤੇ ਟੋਕਰੀ ਜਾਂ ਸੱਜ ਹੁੰਦਾ। ਰਹਿੰਦੇ ਦੂਰ ਹੀ ਕੋਟ ਕਚਹਿਰੀਆਂ ਤੋਂ ਸਾਡਾ ਕੋਈ ਵਕੀਲ ਨਾ ਜੱਜ ਹੁੰਦਾ। ਪੈਂਦੀ ਸਿਰਾਂ ਵਿੱਚ ਅੱਗ ਦੋਸ਼ ਖਾਂਦੀ, ਸਾਨੂੰ ਕੋਈ ਨਾ ਹੋਸ ਹਵਾਸ ਹੁੰਦਾ। ਲੱਗੇ ਹੁੰਦੇ ਜ਼ਬਾਨ 'ਤੇ ਲੱਖ ਤਾਲੇ, ਇੱਦਾਂ ਨਹੀਂ ਸਟੇਜਾਂ 'ਤੇ ਗੱਜ ਹੁੰਦਾ। ਤੇਰੇ ਬਾਜ ਮਾਈਆ ਜਿਹੜਾ ਹਾਲ ਹੁੰਦਾ, ਮੇਰੀ ਕਲਮ ਤੋਂ ਨਹੀਂ ਬਿਆਨ ਹੁੰਦਾ। ਸਿੱਕਾ ਅੱਜ ਵੀ ਕੰਨਾਂ ਦੇ ਵਿੱਚ ਪੈਂਦਾ, ਜਿਨ੍ਹਾਂ ਜੱਗ 'ਤੇ ਗੁਰੂ ਰਵੇ, ਜੇਕਰ ਉਹ ਨਾ ਹੁੰਦੇ ਤੋ ਹੀ ਸਾਡੇ 'ਤੇ ਦਿਨ ਨਹੀਂ ਸਨ ਹੋਣੇ। ਮੈਨੂੰ ਯਾਦ ਹੈ 35 ਸਾਲ ਪਹਿਲਾਂ ਦੀ ਗੱਲ, ਮੈਨੂੰ ਟੈਂਪਰੇਚਰ ਹੋ ਗਿਆ। ਮੈਨੂੰ ਦੱਸਣ ਦੇ ਲਈ ਅਤਰੀ ਜੀ ਸ਼ਹਿਰ ਦਾ ਇੱਕ ਚੰਗਾ ਨਾਂ ਵਾਲਾ ਡਾਕਟਰ ਉਹਦੇ ਕੋਲ ਲੈ ਗਏ। ਕੁਦਰਤੀ ਪਰਚੀ ਘਰ ਭੁੱਲ ਗਏ। ਉਹ ਡਾਕਟਰ ਨੇ ਬਿਨ ਰਫ ਜਿਹੀ ਬੋਲੀ ਬੋਲੀ ਕਿ ਤੁਸੀਂ ਅਨਪੜ੍ਹ ਜੇ ਲੋਕ ਆ ਜਾਂਦੇ ਹੋ ਮੂੰਹ ਚੁੱਕ ਕੇ, ਇਹ ਹੈ ਵੋ ਹੈ। ਮੈਂ ਦਵਾਈ ਨਹੀਂ ਲਈ। ਮੈਂ ਤੇਰੇ ਕੋਲੋਂ ਡਾਕਟਰ ਦਵਾਈ ਨਹੀਂ ਲੈ ਲਈ। ਮੈਂ ਟੈਲੀਫੋਨ ਕੀਤਾ ਉਧਮਪੁਰ ਡਾਕਟਰ ਚੰਦਰ ਜੀ, ਮੈਂ ਕਿਹਾ ਇਸ ਤਰ੍ਹਾਂ, ਕਹਿੰਦੇ ਇੱਥੇ ਡਾਕਟਰ। ਮੈਂ ਕਿਹਾ ਹੈ ਹੀ, ਪਰ ਉਹ ਰਫ ਜਿਹਾ ਬੋਲਿਆ। ਮੈਂ ਅੱਜ ਤੋਂ ਲੈ ਕੇ ਉਹਨਾਂ ਕੋਲੋਂ ਦਵਾਈ ਨਹੀਂ ਲਵਾਂਗਾ। ਅੱਜ ਸਤਿਗੁਰ ਦੀ ਕਿਰਪਾ ਸਾਡੇ 'ਚ ਐਮ ਡੀ ਡਾਕਟਰ ਬੈਠੇ ਹੋਏ, ਕਮਲਜੀਤ ਸਿੰਘ ਜੀ, ਡਾਕਟਰ ਅਤਰੀ ਜੀ, ਪਤਾ ਨਹੀਂ ਕਿਤਨੇ ਡਾਕਟਰ ਅੱਜ ਹੋ ਗਏ। ਉਹਨਾਂ ਦੀ ਕਿਰਪਾ ਨਾਲ, ਬਾਬਾ ਸਾਹਿਬ ਦੀ ਕਿਰਪਾ ਦੇ ਨਾਲ, ਇਹ ਗੁਰੂ ਕਿਰਪਾ ਹੈ। ਪਠਾਨਕੋਟ ਦੇ ਵਿੱਚ ਬੜੇ ਬੜੇ ਵਧੀਆ ਹੋਸਪਿਟਲ ਸਾਡੇ ਬੱਚਿਆਂ ਨੇ ਚਲਾਏ ਹੋਏ ਨੇ। ਮੈਂ ਕਦੀ ਕਦੀ ਸੋਚਣਾ ਕਿ ਕਦੀ ਉਹ ਦਿਨ ਸੀ, ਅੱਜ ਕੈਸਾ ਦਿਨ ਆ ਗਿਆ। ਇਹ ਸਤਿਗੁਰ ਦੀ ਕਿਰਪਾ ਨਾਲ, ਉਹਨਾਂ ਦੀ ਬਖਸ਼ਿਸ਼ ਦੇ ਨਾਲ, ਜ਼ਬਾਨ ਨੂੰ ਤਾਲੇ ਲੱਗੇ, ਅਸੀਂ ਬੋਲ ਨਹੀਂ ਸਕਦੇ। ਅੱਜ ਸਟੇਜਾਂ ਦੇ ਉੱਪਰ ਕਿਤਨੀ ਉੱਚੀ ਆਵਾਜ਼ 'ਚ ਬਿੱਟੂ ਗਾ ਕੇ ਗਿਆ, ਛੋਟੇ ਛੋਟੇ ਬੱਚੇ ਬੋਲ ਰਹੇ ਹਨ। ਇਹ ਗੁਰੂ ਕਿਰਪਾ, ਬਖਸ਼ਿਸ਼, ਉਹਨਾਂ ਦੀਆਂ ਬਖਸ਼ਿਸ਼ਾਂ ਯਾਦ ਕਰ ਰੱਖਣੀਆਂ, ਉਹਨਾਂ ਦੀ ਕੁਰਬਾਨੀ ਦਾ ਥੋੜ੍ਹਾ ਥੋੜ੍ਹਾ ਅਰਸੀ ਕਰਜ਼ ਚੁਕਾਉਣਾ ਹੈ। ਗੁਰੂ ਜੀ ਫਿਰ ਆਪਣੀ ਬਾਣੀ 'ਚ ਅੱਗੇ ਫਰਮਾਉਂਦੇ ਹਨ, ਜਾ ਕੀ ਛੋਤੇ ਜਾ ਕੀ ਛੋਤੇ ਜਗਤ ਕੋ ਲਾਗੇ, ਤਾਂ ਪਰ ਤੂੰ ਹੀ ਡਰੇ, ਨੀਚੇ ਯੂੰ ਛੇ ਕਰੇ ਮੇਰਾ ਗੋ।
ਕੀ ਛੋਤੇ ਜਗਤ ਕੋ ਲਾਗੇ, ਤਾਂ ਪਰੇ ਤੂੰ ਹੀ ਟਰੈ, ਨੀਚੇ ਯੂਚ ਕਰੇ ਮੇਰਾ ਗੋਬਿੰਦ, ਕਾਹੋ ਤੇ ਨਾ ਡਰੈ। ਜਾਂ ਕੀ ਸੋਤ ਜਗਤ ਕੋ ਲਾਗੇ, ਸੋਤ ਜੀ ਦੀ ਪਰਸਾਈ ਤੋਂ ਲੋਕ ਡਰਦੇ ਸਨ, ਤੁਸੀਂ ਉਹਨਾਂ 'ਤੇ ਕਿਰਪਾ ਕਰ ਦਿੱਤੀਆਂ। ਸਤਿਗੁਰੂ ਜੀ ਕਹਿੰਦੇ ਨੇ, ਇਹ ਸਤਿਗੁਰਾਂ ਨੇ ਪ੍ਰਭੂ ਨੂੰ ਕਿਹਾ, ਦਾਸ ਸਤਿਗੁਰ ਨੂੰ ਕਹਿੰਦਾ, ਜਾਂ ਕੀ ਸੋਤ ਜਗਤ ਕੋ ਲਾਗੇ, ਜਿਹਦੀ ਸੋਤ ਤੋਂ ਲੋਕ ਡਰਦੇ ਸਨ, ਪਰਸਾਈ 'ਤੇ ਡਰਦੇ ਸਨ, ਤੁਸੀਂ ਉਹਨਾਂ 'ਤੇ ਕਿਰਪਾ ਕਰਤੀਆਂ, ਉਹਨਾਂ ਨੂੰ ਕਿੰਨਾ ਮਹਾਨ ਬਣਾਇਆ। ਅਸੀਂ ਮਿਸਾਲ ਲੈ ਸਕਦੇ ਬਾਬਾ ਸਾਹਿਬ ਅੰਬੇਡਕਰ ਦੀ, ਇਹਨਾਂ ਦੀ ਪਰਸਾਈ ਤੱਕ ਤੋਂ ਲੋਕ ਡਰਦੇ। ਇਹਨਾਂ ਦਾ ਪੀਅਨ ਜਦੋਂ ਇਹਨਾਂ ਨੂੰ ਰਜਿਸਟਰ ਪਕੜਾਉਂਦਾ ਤਾਂ ਇੱਕ ਡੰਡੇ ਨਾਲ ਫੜ ਕੇ ਅੱਗੇ ਕਰਦਾ, ਇਹਦੀ ਪਰਸਾਈ ਨਾ ਪੈ ਜਾਏ। ਲੇਕਿਨ ਅੱਜ ਸਤਿਗੁਰ ਦੀ ਕਿਰਪਾ ਹੋਈ, ਹਰ ਆਫਿਸ ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦਾ ਚਿੱਤਰ ਲੱਗਾ ਹੋਇਆ, ਉਹਨਾਂ ਦੀ ਸਤਰ ਸਾਇਆ ਹੇਠ ਸਾਰੇ ਅਫਸਰ ਬੈਠੇ ਹੋਏ ਨੇ। ਇੰਨੀ ਕਿਰਪਾ, ਇੰਨੀ ਬਖਸ਼ਿਸ਼ ਗੁਰੂ ਜੀ ਨੇ ਕੀਤੀ। ਬਾਬਾ ਸਾਹਿਬ ਨੇ ਜਦੋਂ ਗੁਰੂ ਜੀ ਨੂੰ ਪੜ੍ਹਿਆ ਤਾਂ ਉਹਨੇ ਕਿਹਾ, ਹਾਂ ਐਸੀ ਲਾਲ ਉਹ ਸਤਿਗੁਰੇ ਕਰ ਸਕਦਾ, ਤਾਂ ਹੋ ਗਿਆ। ਨੀਚੈ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਉਹ ਮੇਰਾ ਸਤਿਗੁਰ ਨੀਚਾਂ ਤੋਂ ਊਚ ਬਣਾ ਦਿੰਦਾ, ਉਹ ਮਹਾਨ ਬਣਾ ਦਿੰਦਾ। ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਯਾਦ ਆ ਗਿਆ। ਕਿਸੇ ਗੁਰੂ ਘਰ ਵਿੱਚ ਕੋਈ ਪਾਠੀ ਪਾਠ ਕਰਦਾ ਅਤੇ ਜਦੋਂ ਇਹ ਪੰਗਤੀ ਆਉਂਦੀ ਹੈ ਨਾ, ਨੀਚੈ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਇੱਕ ਮਜ਼ਦੂਰ ਮਜ਼ਦੂਰੀ ਕਰਨ ਲਈ ਜਾ ਰਿਹਾ ਹੁੰਦਾ ਗੁਰੂ ਘਰ ਲਾਗੋਂ ਦੀ, ਅਤੇ ਉਹਦੇ ਕੰਨਾਂ 'ਚ ਪੰਗਤੀ ਪੈਂਦੀ, ਕਰਨੀ ਮਾਲਕ ਦੀ। ਉਸ ਪਾਠ ਦਾ ਟਾਈਮ ਅਤੇ ਮਜ਼ਦੂਰ ਦਾ ਟਾਈਮ ਰਲ ਗਿਆ। 8 ਵਜੇ ਉਹ ਦਿਹਾੜੀ ਜਿੱਥੇ ਲੱਗਣਾ ਹੁੰਦਾ ਸੀ 9 ਵਜੇ, ਅਤੇ ਘੰਟਾ ਕੁ ਘਰੋਂ ਬਾਹਰ ਨਿਕਲਦਾ ਅਤੇ ਉੱਧਰ ਪਾਠੀ ਜੀ ਉਹ ਪਾਠ ਕਰਦੇ ਹੁੰਦੇ, 50 ਮੀਟਰ ਪਹਿਲਾਂ ਜਾਂ 50 ਮੀਟਰ ਬਾਅਦ ਵਿੱਚ ਉਹਨੂੰ ਇਹ ਪੰਗਤੀ ਜ਼ਰੂਰ ਸੁਣਾਉਂਦੀ, ਨੀਚੈ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਉਹ ਮਜ਼ਦੂਰ ਸੋਚਣ ਲੱਗਾ, ਇਹ ਪਾਠੀ ਰੋਜ਼ ਕਹਿੰਦਾ ਨੀਚੈ ਊਚ ਕਰੇ ਮੇਰਾ ਗੋਬਿੰਦ, ਕਿ ਮੈਨੂੰ ਵੀ ਗੁਰੂ ਊਚ ਬਣਾ ਸਕਦਾ, ਮੈਂ ਇੱਕ ਮਜ਼ਦੂਰ ਹਾਂ, ਕਿ ਮੈਂ ਵੀ ਊਚ ਹੋ ਸਕਣਾ। ਇਹ ਮਜ਼ਦੂਰ ਦੇ ਮਨ 'ਚ ਸਵਾਲ ਪੈਦਾ ਹੋ ਗਿਆ। ਹੁਣ ਉਹ ਰੋਜ਼ਾਨਾ ਹੀ ਜਦੋਂ ਉੱਥੋਂ ਦੀ ਗੁਜ਼ਰਦਾ, ਰੋਜ਼ਾਨਾ ਹੀ ਉਹਦੇ ਕੰਨਾਂ 'ਚ ਇਹ ਆਵਾਜ਼ ਪੈਂਦੀ ਹੈ। ਇੱਕ ਦਿਨ ਉਹਨੂੰ ਟਾਈਮ ਕੱਢਿਆ ਅਤੇ ਗੁਰੂ ਘਰ ਚਲਾ ਗਿਆ। ਗੁਰੂ ਘਰ ਚਲਾ ਗਿਆ, ਪਾਠੀ ਜੀ ਨੇ ਪਾਠ ਕੀਤਾ, ਉਹ ਬੜੇ ਪਿਆਰ ਪੂਰਵਕ ਹੱਥ ਜੋੜ ਕੇ ਬੋਲਿਆ, ਪਾਠੀ ਜੀ
ਤੁਸੀਂ ਰੋਜ਼ਾਨਾ ਹੀ ਇਹ ਪਾਠ ਕਰਦੇ ਹੋ। ਨੀਚੇ ਓਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ, ਕਿ ਇਹ ਸੱਚ ਹੈ, ਇਹ ਗੁਰੂ ਨੀਚਾਂ ਤੋਂ ਊਚ ਬਣਾ ਦਿੰਦਾ। ਪਾਠੀ ਜੀ ਕਹਿਣ ਲੱਗੇ, ਹਾਂ ਇਹ ਸੱਚ ਹੈ, ਗੁਰੂ ਨੀਚਾਂ ਤੋਂ ਊਚ ਬਣਾ ਦਿੰਦਾ। ਪਾਠੀ ਸਾਹਿਬ, ਮੈਂ ਇੱਕ ਮਜ਼ਦੂਰ ਹਾਂ, ਕੀ ਸਤਿਗੁਰ ਮੈਨੂੰ ਵੀ ਊਚ ਬਣਾ ਸਕਦਾ? ਕਹਿੰਦੇ, ਹਾਂ ਗੁਰੂ ਤੈਨੂੰ ਵੀ ਊਚ ਬਣਾ ਸਕਦਾ। ਪਾਠੀ ਸਾਹਿਬ, ਮੈਂ ਮਜ਼ਦੂਰ ਹਾਂ, ਪਰ ਮੇਰੇ ਮਨ ਦੀ ਖਾਸ ਹੈ ਮੈਂ ਹੀਰਿਆਂ ਦਾ ਵਪਾਰੀ ਬਣਾ, ਕਿ ਇਹ ਗੁਰੂ ਮੈਨੂੰ ਹੀਰਿਆਂ ਦਾ ਵਪਾਰੀ ਵੀ ਬਣਾ ਸਕਦਾ? ਹਾਂ, ਬਹੁਤ ਦੂਰ ਦੀ ਗੱਲ ਨਹੀਂ ਹੈ, ਗੁਰੂ ਕਿਰਪਾ ਕਰੇ ਤੇ ਤੈਨੂੰ ਹੀਰਿਆਂ ਦਾ ਵੀ ਵਪਾਰੀ ਬਣਾ ਸਕਦਾ, ਪਰ ਤੈਨੂੰ ਗੁਰੂ ਦੀ ਗੱਲ ਨੂੰ ਮੰਨਣਾ ਪਵੇਗਾ। ਪਾਠੀ ਸਾਹਿਬ, ਮੈਂ ਗੁਰੂ ਦੀ ਗੱਲ ਮੰਨਣ ਲਈ ਤਿਆਰ ਹਾਂ। ਜੇ ਤੂੰ ਗੁਰੂ ਦੀ ਗੱਲ ਮੰਨਣ ਲਈ ਤਿਆਰ ਹੈ ਤੇ ਗੁਰੂ ਤੈਨੂੰ ਹੀਰਿਆਂ ਦਾ ਵਪਾਰੀ ਬਣਾਉਣ ਲਈ ਤਿਆਰ ਹੈ। ਅੱਛਾ ਪਾਠੀ ਸਾਹਿਬ, ਜੇ ਤਿਆਰ ਹੈ ਗੁਰੂ ਮੈਨੂੰ ਹੀਰਿਆਂ ਦਾ ਵਪਾਰੀ ਬਣਾਉਣ ਲਈ, ਤੇ ਦੱਸ ਗੁਰੂ ਦੀ ਬਾਣੀ ਕਹਿੰਦੀ ਕੀ ਹੈ, ਮੈਂ ਉਸ ਨੂੰ ਮੰਨਦਾ ਹਾਂ। ਗੁਰੂ ਦੀ ਬਾਣੀ ਕਹਿੰਦੀ ਹੈ, ਸੁਰਸਰੀ ਸੱਲਲ ਕਿਰਤ ਬਾਹਰਨੀ ਨੇ ਸੰਤ ਜਨ ਕਰਤ ਨਹੀਂ ਪਾਨਨ, ਨਸ਼ੇ ਜਿਤਨੇ ਮਰਜ਼ੀ ਵਧੀਆ ਕਿਉਂ ਨਾ ਹੋਣ, ਸੁਰਸਰੀ ਦੇਵ ਨਦੀ ਗੰਗਾ ਨੂੰ ਕਿਹਾ, ਬਾਰੂਨੀ ਸ਼ਰਾਬ ਨੂੰ ਕਿਹਾ, ਸ਼ਰਾਬ ਚਾਹੇ ਗੰਗਾ ਜਲ ਦੀ ਵੀ ਕਿਉਂ ਨਾ ਬਣੀ ਹੋਏ, ਕਦੇ ਸੇਵਨ ਨਹੀਂ ਕਰਨਾ ਹੈ। ਹਾਂ, ਪਰ ਉਹ ਵਿਚਾਰਾ ਤੇ ਸਾਰੇ ਨਸ਼ੇ ਕਰਦਾ ਸੀ। ਪਹਿਲਾ ਹੀ ਉਪਦੇਸ਼ ਬੜਾ ਕਠਿਨ ਆ ਗਿਆ। ਮਨ ਕਹਿੰਦਾ, ਇਹ ਤਾਂ ਮੁਸ਼ਕਲ ਹੈ। ਪਾਠੀ ਜੀ ਕਹਿੰਦਾ, ਬੜਾ ਚੁੱਪ ਕਰ ਗਿਆ ਕਿ ਗੁਰੂ ਜੀ ਦਾ ਉਪਦੇਸ਼ ਮੰਨਣ ਲਈ ਤਿਆਰ ਹੈ। ਅੰਦਰੋਂ ਆਵਾਜ਼ ਆਈ, ਮਨਾ, ਜੇ ਨਸ਼ੇ ਛੱਡਣ ਨਾਲ ਤੂੰ ਹੀਰਿਆਂ ਦਾ ਵਪਾਰੀ ਬਣ ਸਕਣਾ, ਤੇਰੀ ਇਤਨੀ ਕਦਰ ਹੋ ਸਕਦੀ ਹੈ, ਤੂੰ ਇਤਨਾ ਮਹਾਨ ਬਣ ਸਕਣਾ, ਤੇ ਇਸ ਲਾਨਤ ਨੂੰ ਛੱਡ ਦੇ। ਆਖਰ ਮਨ ਨੂੰ ਸਮਝਾ ਲਿਆ ਉਸ ਮਜ਼ਦੂਰ ਨੇ, ਤੇ ਪਾਠੀ ਜੀ ਨੂੰ ਕਹਿਣ ਲੱਗਾ, ਹਾਂ ਮੈਂ ਸਹਿਮਤ ਹਾਂ, ਮੈਂ ਅੱਜ ਤੋਂ ਲੈ ਕੇ ਨਸ਼ੇ ਨਹੀਂ ਕਰਾਂਗਾ। ਕੋਈ ਹੋਰ ਉਪਦੇਸ਼? ਹਾਂ, ਦੂਜਾ ਉਪਦੇਸ਼ ਹੈ ਗੁਰੂ ਜੀ ਦਾ, ਸਤਸੰਗਤ ਮਿਲ ਰਹੀ ਏ ਮਾਧੋ ਜੈਸੇ ਮਧਵ ਮਖੀਰਾ। ਪਿਆਰ ਨਾ ਰਹਿਣਾ ਪਰਿਵਾਰ ਚ, ਸੁਸਾਇਟੀ ਚ, ਤੂੰ ਊਚ ਬਣ ਜਾਵੇਂਗਾ। ਸੋਚਣ ਲੱਗਾ, ਇਹ ਕਹਿੰਦੇ ਪਿਆਰ ਨਾਲ ਪਰਿਵਾਰ ਚ ਰਹਿਣਾ, ਸਾਡੇ ਘਰੋਂ ਤੇ ਲੜਾਈ ਨਹੀਂ ਮੁੱਕਦੀ, ਪਿਆਰ ਨਾਲ ਕਿਤਨਾ ਰਵਾਂਗਾ? ਇਹ ਵੀ ਕਠਿਨ ਹੈ। ਚੱਲ ਮੈਂ ਤੇ ਪਿਆਰ ਨਾਲ ਰਵਾਂ, ਪਰਿਵਾਰ ਨਾ ਰਵੇ ਤੋ? ਕਹਿਣ ਲੱਗਾ ਪਾਠੀ ਸਾਹਿਬ, ਮੇਰੀ ਬੇਨਤੀ ਹੈ, ਮੰਨ ਲਿਆ ਮੈਂ ਪਿਆਰ ਨਾ ਰਵਾਂ, ਲੇਕਿਨ ਦੂਸਰਾ ਨਾ ਰਵੇ ਤੋ? ਕਹਿੰਦੇ, ਤੂੰ ਪਿਆਰ ਨਾ ਰਹਿਣਾ, ਦੂਜਾ ਜਿਸ ਤਰ੍ਹਾਂ ਦਾ ਮਰਜ਼ੀ ਹੋਏ। ਕਹਿੰਦਾ, ਦੂਜਾ ਕੁਝ ਕੁਝ ਕਵੇਗਾ,
ਤੇ ਮੈਨੂੰ ਵੀ ਤੇ ਗੁੱਸਾ ਆ ਸਕਦਾ। ਕਹਿੰਦੇ ਨਹੀਂ, ਐ ਤੂੰ ਪਾਣੀ ਦਾ ਗਲਾਸ ਦੇਖ ਰਿਹਾ? ਕਹਿੰਦਾ ਹਾਂ। ਤੈਨੂੰ ਮੈਂ ਕਹਾਂ ਇਹਨੂੰ ਅੱਗ ਲਾ, ਇਹਨੂੰ ਅੱਗ ਲਾ ਲਏਗਾ? ਸੋ ਸੱਚ ਕੇ ਕਹਿਣ ਲੱਗਾ, ਨਹੀਂ ਮੈਂ ਪਾਣੀ ਨੂੰ ਅੱਗ ਨਹੀਂ ਲਾ ਸਕਾਂਗਾ, ਪਰ ਜੇ ਇਹਦੇ 'ਚ ਪੈਟਰੋਲ ਪਾ ਦੇਵਾਂ। ਕਹਿੰਦਾ ਫਿਰ ਤਾਂ ਦੂਰੋਂ ਹੀ ਲੱਗੇਗੀ। ਕਹਿੰਦਾ ਦਿਮਾਗ 'ਚ ਪੈਟਰੋਲ ਨਹੀਂ ਪਾਉਣਾ, ਸੀਤਲ ਜਲ ਦੀ ਤਰ੍ਹਾਂ ਰੱਖਣਾ। ਕੋਈ ਕੁਝ ਵੀ ਕਰਦਾ ਰਹੇ ਫਿਰ ਲੜਾਈ ਨਹੀਂ ਲੱਗੇਗੀ। ਇਹ ਗੱਲ ਗੁਰੂ ਜੀ ਉਸ ਮਜ਼ਦੂਰ ਨੂੰ ਦੱਸ ਰਿਹਾ, ਉਹ ਪਾਠੀ, ਲੇਕਿਨ ਸਾਡੇ ਸਭਨਾਂ ਲਈ ਹੈ। ਅਸੀਂ ਇਸ ਗੱਲ ਨੂੰ ਫਾਲੋ ਕਰਨਾ, ਇਸ ਦ੍ਰਿਸ਼ਟਾਂਤ ਨੂੰ ਦ੍ਰਿਸ਼ਟਾਂਤ ਕਹਾਣੀ ਨਹੀਂ ਸਮਝਣਾ, ਇਹ ਸਮਝਣਾ ਕਿ ਸਾਡੇ ਲਈ ਵੀ ਇਹ ਉਪਦੇਸ਼ ਹੈ। ਤੀਜਾ, ਆਵਾਦਾਨ ਸਦਾ ਮਸ਼ਹੂਰ, ਓਹਾ ਗਨੀ ਬਸੇ ਮਮੂਰ। ਗਨੀ ਬਣਨਾ, ਗਨੀ ਦਾ ਭਾਵ ਧਨੀ, ਵਧੀਆ ਸੋਚ ਵਾਲੇ ਬਣਨਾ, ਕੁਛ ਵੀ ਬਣਨਾ ਵਧੀਆ ਬਣਨਾ। ਪਾਠੀ ਸਾਹਿਬ, ਮੈਂ ਤਾਂ ਮਜ਼ਦੂਰ ਹਾਂ। ਕਹਿੰਦੇ ਬੇਸ਼ੱਕ ਮਜ਼ਦੂਰ ਹੈ, ਪਰ ਵਧੀਆ ਮਜ਼ਦੂਰ ਬਣਨਾ, ਵਧੀਆ ਕੰਮ ਕਰਨਾ। ਠੀਕ ਹੈ, ਜਾ, ਤੈਨੂੰ ਗੁਰੂ ਊਚ ਬਣਾ ਦੇਵੇਗਾ, ਤੈਨੂੰ ਹੀਰਿਆਂ ਦਾ ਵਪਾਰੀ ਬਣਾ ਦੇਵੇਗਾ। ਟਾਈਮ ਨੂੰ ਬਰਬਾਦ ਨਾ ਕਰੀ। ਉਹ ਵਿਚਾਰਾ ਦਿਹਾੜੀ ਲਗਾਉਣ ਵਾਸਤੇ ਚਲਾ ਗਿਆ, ਪਰ ਅੱਜ ਲੇਟ ਹੋ ਗਿਆ। ਜਿਤਨੇ ਲੋਕ ਦਿਹਾੜੀ ਲਾਉਣ ਵਾਲੇ ਸਨ ਉਹ ਚਲੇ ਗਏ ਨੇ। ਦੋ ਕੁ ਆਦਮੀ ਉੱਥੇ ਖਲੋਤੇ ਨੇ ਅਤੇ ਇੱਕ ਸੇਠ ਕੋਈ ਖਲੋਤਾ ਹੋਇਆ। ਉਹਨਾਂ ਨੂੰ ਮਨਾ ਰਿਹਾ ਦੇ ਕੰਮ ਲਈ, ਉਹ ਮੰਨ ਨਹੀਂ ਰਹੇ। ਇਤਨੀ ਦੇਰ ਨੂੰ ਇਹ ਪਹੁੰਚ ਗਿਆ, ਕਹਿੰਦੇ ਉਸ ਨੂੰ ਲੈ ਜਾ। ਕਹਿੰਦਾ ਕੀ ਕੰਮ? ਸੇਠ ਕਹਿਣ ਲੱਗਾ ਸਫਾਈ ਦਾ ਕੰਮ ਆ, ਇਹ ਮੰਨ ਨਹੀਂ ਰਹੇ। ਕਹਿੰਦੇ ਸਫਾਈ ਨਹੀਂ ਕਰਨੀ, ਕੋਈ ਪੈਕਿੰਗ ਦਾ ਕੰਮ ਕਰ ਲਾਂਗੇ, ਕੋਈ ਸਮਾਨ ਇੱਧਰੋਂ ਚੁੱਕ ਕੇ ਉੱਧਰ ਰੱਖਣਾ ਕਰ ਲਾਂਗੇ, ਲੇਕਿਨ ਸਫਾਈ ਨਹੀਂ। ਕਿਆ ਤੂੰ ਜਾਵੇਂਗਾ? ਅੱਗੇ ਉਹ ਵੀ ਜਵਾਬ ਦੇ ਦਿੰਦਾ ਸੀ, ਲੇਕਿਨ ਅੱਜ ਪਾਠੀ ਨੇ ਕਿਹਾ ਸੀ ਟਾਈਮ ਨੂੰ ਬਰਬਾਦ ਨਹੀਂ ਕਰਨਾ। ਮਨ 'ਚ ਆਇਆ ਮਜ਼ਦੂਰੀ ਹੈ, ਮੈਂ ਕੋਈ ਹੀਰਾ ਫੇਰੀ ਨਹੀਂ ਕਰਨ ਲੱਗਾ, ਮਜ਼ਦੂਰੀ ਕਰਦਿਆਂ, ਕੰਮ ਕਰਦਿਆਂ, ਮਿਹਨਤ ਕਰਦਿਆਂ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ। ਕਹਿੰਦਾ ਠੀਕ ਹੈ, ਮੈਂ ਚੱਲਦਾ। ਸੇਠ ਲੈ ਗਿਆ ਆਪਣੀ ਦੁਕਾਨ 'ਤੇ। ਜਦੋਂ ਉਹ ਦੁਕਾਨ 'ਤੇ ਪਹੁੰਚਦਾ ਅਤੇ ਦੇਖਦਾ ਕੀ ਹੈ, ਉਹ ਹੀਰਿਆਂ ਦਾ ਸ਼ੋਰੂਮ ਸੀ। ਕਾਹਦਾ? ਹੀਰਿਆਂ ਦਾ। ਅਤੇ ਉਹ ਵਪਾਰੀ ਕਾਹਦਾ ਬਣਨਾ ਚਾਹੁੰਦਾ ਸੀ? ਹੀਰਿਆਂ ਦਾ। ਹੀਰਿਆਂ ਦਾ ਵਪਾਰੀ ਬਣਨਾ ਚਾਹੁੰਦਾ, ਹੀਰਿਆਂ ਦੀ ਦੁਕਾਨ 'ਤੇ ਸ਼ੋਰੂਮ 'ਤੇ ਪਹੁੰਚ ਗਿਆ। ਆਸਾ ਦੀ ਕਿਰਨ ਜਾਗ ਪਈ, ਪਹਿਲੇ ਦਿਨ ਹੀ ਹੀਰਿਆਂ ਦੇ ਸ਼ੋਰੂਮ 'ਤੇ ਆ ਗਿਆ, ਸਫਾਈ ਕਰਨ ਲੱਗਾ, ਐਵੇਂ ਜਿਸ ਤਰ੍ਹਾਂ ਕਰਦੇ ਨੇ, ਗਲੋਂ ਫਾਹ ਲਾਉਣ ਵਾਲੀ ਗੱਲ। ਪਰ ਫਿਰ ਯਾਦ ਆ ਗਿਆ, ਉਹ ਗੁਰੂ ਨੇ ਕਿਹਾ ਸੀ ਜੋ ਬਣਨਾ ਵਧੀਆ ਬਣਨਾ, ਜੋ ਵੀ ਬਣਨਾ ਨਾ ਵਧੀਆ ਬਣਨਾ। ਡਾਕਟਰ ਬਣਨਾ ਅਤੇ ਵਧੀਆ ਬਣਨਾ, ਇੰਜੀਨੀਅਰ ਬਣਨਾ ਅਤੇ ਵਧੀਆ ਬਣਨਾ, ਜੇ ਕਾਰਪੈਂਟਰ ਵੀ ਬਣਨਾ ਅਤੇ ਵਧੀਆ ਬਣਨਾ। ਉਹ ਮਜ਼ਦੂਰ ਸੀ, ਦਿਲੋਂ ਹੋ ਕੇ ਸਫਾਈ ਕੀਤੀ। ਸੇਠ ਬੜਾ ਖੁਸ਼ ਹੋਇਆ, ਉਹ
ਤਿੰਨ ਤਿੰਨ ਮਜ਼ਦੂਰ ਮੈਂ ਲਾਏ ਪਰ ਇਤਨੀ ਸਫਾਈ ਨੇ ਕੀਤੀ, ਇੰਨਾ ਸ਼ੀਸ਼ੇ ਚਮਕੇ ਨਹੀਂ ਜਿੰਨੇ ਤੂੰ ਚਮਕਾ। ਤੂੰ ਮੇਰੇ ਕੋਲ ਪੱਕਾ ਮੁਲਾਜ਼ਮ, ਅੱਜ ਤੂੰ 20 ਰੁਪਈਏ ਫਾਲਤੂ ਦੇ ਤੇ। ਬੜਾ ਖੁਸ਼ ਹੋਇਆ, ਪਹਿਲੇ ਦਿਨ ਹੀ ਪੱਕੀ ਨੌਕਰੀ ਮਿਲ ਗਈ, 20 ਰੁਪਈਏ ਫਾਲਤੂ ਮਿਲ ਗਏ। ਹੀਰਿਆਂ ਦੀ ਦੁਕਾਨ 'ਤੇ ਪਹੁੰਚ ਗਿਆ, ਵਾਪਸ ਆਇਆ। ਰਸਤੇ 'ਚ ਉਹ ਦੁਕਾਨ ਜਿੱਥੋਂ ਨਸ਼ੇ ਕਰਦਾ ਸੀ ਉਹ ਮਨਜ਼ੂਰ ਸੁਦਾ ਹਾਤਾ ਆ ਗਿਆ, ਮਨ ਖਚੋ ਗਿਆ। ਅੰਦਰੋਂ ਆਵਾਜ਼ ਆਈ, ਨਹੀਂ ਅੱਜ ਹੀ ਵਾਅਦਾ ਕੀਤਾ ਗੁਰੂ ਨਾਲ, ਅੱਜ ਹੀ ਤੂੰ ਉੱਧਰ ਨੂੰ ਖਚੋ ਰਿਹਾ। ਫਿਰ ਅੰਦਰ ਮਨ ਕਹਿੰਦਾ ਜਿਹੜੀ ਦਿਹਾੜੀ ਹੈ ਉਹ ਨਹੀਂ, ਫਾਲਤੂ ਵਾਲਾ ਨਸ਼ਾ ਕਰ ਲੈਂਦਾ 20 ਰੁਪਈਏ। ਅੰਦਰੋਂ ਆਵਾਜ਼ ਆਈ ਆਤਮਾ ਦੀ, ਉਹ ਲੋਕਾਂ ਨਾਲ ਝੂਠ ਬੋਲਿਆ, ਲੋਕਾਂ ਨਾਲ 420 ਖੇਡੀ, ਉਹ ਤੂੰ ਗੁਰੂ ਨਾਲ ਵੀ 420 ਖੇਡ ਰਿਹਾ, ਉਹ ਗੁਰੂ ਨਾਲ ਵੀ ਧੋਖਾ ਕਰ ਰਿਹਾ। ਨਹੀਂ ਮਨਾ, ਗੁਰੂ ਨਾਲ ਧੋਖਾ ਨਾ ਕਰੀ, ਕਿਸੇ ਜੋਗਾ ਨਹੀਂ ਰਹੇਗਾ। ਆਖਰ ਮਨ ਮੰਨ ਗਿਆ, 20 ਰੁਪਈਆਂ ਦਾ ਰਸਤੇ 'ਚੋਂ ਫਰੂਟ ਲੈ ਲਿਆ, ਘਰ ਚਲਾ ਗਿਆ। ਘਰਵਾਲੀ ਨੂੰ ਫਰੂਟ ਪਕੜਾ ਤਾ, ਬੱਚਿਆਂ ਨੂੰ ਦੇ ਦੇ, ਨਾਲ ਹੀ ਦਿਹਾੜੀ ਪੂਰੀ ਦੇ ਪੈਸੇ ਕੱਢ ਕੇ ਦਿੱਤੇ। ਘਰਵਾਲੀ ਹੈਰਾਨ, ਅੱਜ ਨਸ਼ਾ ਨਹੀਂ ਕੀਤਾ, ਦਿਹਾੜੀ ਵੀ ਪੂਰੀ, ਵੀ ਫਰੂਟ ਫਾਲਤੂ ਲਹਿੰਦਾ। ਘਰ ਵਾਲੇ ਨੇ ਬੜੇ ਆਦਰ ਦੇ ਨਾਲ ਪਾਣੀ ਲਿਆਂਦਾ, ਪਿਲਾਇਆ, ਚਾਹ ਪਿਲਾਈ। ਸੋਚਣ ਲੱਗਾ ਬੈਠੇ ਹਾਂ, ਟਾਈਮ ਹੈ, ਬੱਚਿਆਂ ਦਾ ਵੇਖਾਂ ਕੀ ਕਰ ਰਹੇ ਹੈ। ਬੱਚਿਆਂ ਦੇ ਰੂਮ 'ਚ ਚਲਾ ਗਿਆ, ਬੱਚੇ ਆਪਣੇ ਸਕੂਲ ਦਾ ਕੰਮ ਕਰ ਰਹੇ ਸਨ। ਪਿਓ ਨੂੰ ਵੇਖ ਕੇ ਘਬਰਾ ਗਏ, ਅੱਜ ਡੈਡੀ ਜਲਦੀ ਆ ਗਿਆ, ਪਤਾ ਨਹੀਂ ਕੀ ਕਵੇਗਾ। ਪਰ ਬੜੇ ਪਿਆਰ ਨਾਲ ਕਹਿਣ ਲੱਗਾ, ਬੇਟਾ ਕੀ ਕਰ ਰਹੇ ਹੋ? ਸਕੂਲ ਵਰਕ ਕਰ ਰਹੇ ਹਾਂ। ਦੱਸ ਹਾਂ ਕਾਹਦਾ ਕੰਮ ਹੈ? ਪਾਪਾ ਮੈਥ ਦਾ ਕੰਮ ਹੈ। ਬੇਟਾ ਇਹ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਕਰਨਾ। ਠੀਕ ਹੈ ਪਾਪਾ। ਕਹਿਣ ਲੱਗਾ ਉਹ ਬੱਚੇ ਵੀਕ ਹੈ, ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ। ਰੋਜ਼ ਆ ਕੇ ਬੱਚਿਆਂ ਨੂੰ ਸਮਝਾਉਣਾ ਸ਼ੁਰੂ ਕੀਤਾ। ਆਖਰ ਪੇਪਰ ਆ ਗਏ, ਪੇਪਰ ਦੇ ਤੇ ਬੱਚਿਆਂ ਫਸਟ ਡਿਵੀਜ਼ਨ 'ਚ ਪਾਸ ਹੋ ਗਏ। ਲੋਕ ਆਏ, ਉਹਦੀ ਮਾਂ ਨੂੰ ਕਹਿਣ ਲੱਗੇ ਵਾਹ ਵਧਾਈਆਂ, ਪਤਾ ਲੱਗਿਆ ਬੱਚਿਆਂ ਕੋਲੋਂ, ਸਾਡਿਆਂ ਕੋਲੋਂ ਤੇਰੇ ਬੱਚੇ ਫਸਟ ਡਿਵੀਜ਼ਨ 'ਚ ਪਾਸ ਹੋਏ ਨੇ। ਹੈਂ, ਇੰਨੀ ਦੇਰ ਨੂੰ ਬੱਚੇ ਵੀ ਪਹੁੰਚ ਗਏ। ਕਹਿੰਦੀ ਬੇਟਾ ਇਸ ਤਰ੍ਹਾਂ ਸੁਣਿਆ, ਹਾਂ ਮੰਮ ਫਸਟ ਡਿਵੀਜ਼ਨ 'ਚ ਪਾਸ ਹੋਏ, ਬੜੀ ਮਿਹਨਤ ਕੀਤੀ। ਨਹੀਂ ਪਾਪਾ ਦੀ ਮਿਹਨਤ। ਮਾਂ ਇੱਕ ਹੋਰ ਤੈਨੂੰ ਦੱਸੀਏ, ਅੱਗੇ ਸਾਰੇ ਹੀ ਬੱਚੇ ਸਕੂਲ ਸਟਾਫ ਸਾਨੂੰ ਪਤਾ ਕੀ ਕਹਿੰਦੇ ਸੀ? ਨਸਈ ਦੇ ਨਿਆਣੇ ਆ। ਹੁਣ ਪਤਾ ਕੀ ਕਹਿੰਦੇ ਆ? ਬੜੇ ਇੱਕ ਸਮਝਦਾਰ ਸਿਆਣੇ ਬਾਪ ਦੀ ਔਲਾਦ ਆ। ਬੜੀ ਖੁਸ਼ ਹੋਈ ਮਾਂ। ਸ਼ਾਮ ਨੂੰ ਘਰ ਵਾਲਾ ਆਇਆ, ਕਹਿਣ ਲੱਗੀ ਤੁਹਾਨੂੰ ਪਤਾ ਲੱਗਾ ਬੱਚੇ ਫਸਟ ਡਿਵੀਜ਼ਨ 'ਚ ਪਾਸ ਹੋ ਗਏ? ਕਹਿੰਦਾ ਹਾਂ, ਮਿਹਨਤ ਬਹੁਤ ਕੀਤੀ। ਨਹੀਂ ਤੁਹਾਡੀ ਮਿਹਨਤ, ਪਰ ਇੱਕ ਬੇਨਤੀ ਹੈ। ਮੈਂ ਬੜੀ ਵਾਰੀ ਕਿਹਾ ਸੀ ਨਸ਼ੇ ਛੱਡ ਦਿਓ, ਨਹੀਂ ਮੰਨੇ, ਹੁਣ ਕੌਣ ਤੁਹਾਨੂੰ ਟੱਕਰਿਆ? ਕਹਿੰਦਾ ਉਹ ਰੋਜ਼ ਹੀ ਗੁਰੂ ਘਰ 'ਚੋਂ ਦੀ ਗੁਜ਼ਰਦਾ ਸੀ ਨਾ, ਉਹ ਕਹਿੰਦੇ ਸੀ ਨੀਚੈਂ ਊਚ ਕਰੇ ਮੇਰਾ ਗੋਬਿੰਦ। ਮੈਂ ਪੁੱਛਿਆ ਪਾਠੀ ਨੂੰ,
ਮੈਂ ਵੀ ਊਚ ਬਣ ਸਕਣਾ? ਕਹਿੰਦਾ ਹਾਂ, ਨਸ਼ੇ ਛੱਡਣੇ ਹੈ, ਪਿਆਰ ਰੱਖਣਾ ਹੈ, ਔਰ ਜੋ ਕਰਨਾ ਵਧੀਆ ਕਰਨਾ। ਮੈਨੂੰ ਪਹਿਲੇ ਦਿਨ ਹੀ ਪੱਕੀ ਨੌਕਰੀ ਮਿਲ ਗਈ ਔਰ ਮੈਂ ਸੋਚ ਰਿਹਾ ਮੈਂ ਊਚ ਹੋਵਾਂਗਾ, ਹੀਰਿਆਂ ਦਾ ਵਪਾਰੀ ਬਣਾਂਗਾ। ਕਹਿੰਦੀ ਸਵਾਮੀ ਜੀ ਊਚ ਬਣ ਗਏ, ਅੱਗੇ ਤੁਹਾਨੂੰ ਕਹਿੰਦੇ ਸੀ ਨਸਈ ਹੈ ਉਹਦੇ ਨਿਆਣੇ ਹੈ, ਹੁਣ ਪਤਾ ਕੀ ਕਹਿੰਦੇ, ਇੱਕ ਬਹੁਤ ਵਧੀਆ ਇਨਸਾਨ ਦੇ ਬੱਚੇ ਆਏ। ਕਹਿੰਦਾ ਮੈਂ ਹੀਰਿਆਂ ਦਾ ਵਪਾਰੀ ਵੀ ਬਣਨਾ ਚਾਹੁੰਦਾ। ਕਹਿੰਦੇ ਹੀਰਿਆਂ ਦੇ ਵੀ ਵਪਾਰੀ ਬਣ ਗਏ, ਇਹ ਬੱਚੇ ਹੀਰੇ ਨੇ, ਇਹਨਾਂ ਨੂੰ ਤਰਾਸ ਦਿੱਤਾ। ਕਹਿੰਦਾ ਨਹੀਂ, ਉਹ ਵੀ ਹੀਰਿਆਂ ਦਾ ਵਪਾਰੀ ਬਣਾਂਗਾ। ਦੂਜੇ ਦਿਨ ਕੰਮ 'ਤੇ ਗਿਆ, ਸੀਟ ਕਹਿਣ ਲੱਗਾ ਕਿ ਦੇਖ ਤੂੰ ਇਤਨਾ ਸਮਝਦਾਰ ਹੈ, ਮੇਰਾ ਮਨ ਕਹਿੰਦਾ ਤੂੰ ਮਜ਼ਦੂਰੀ ਜਿਹੜੀ ਕਰਨਾ ਇਹ ਨਹੀਂ, ਸਫਾਈ ਦਾ ਕੰਮ ਨਹੀਂ, ਆ ਤੈਨੂੰ ਮੈਂ ਹੀਰਿਆਂ ਦਾ ਕੰਮ ਦੱਸਣਾ, ਇਹਨਾਂ ਨੂੰ ਤਰਾਸੀ ਦਾ ਕਿਸ ਤਰ੍ਹਾਂ, ਇਹਨਾਂ ਨੂੰ ਪਰਖੀ ਦਾ ਕਿਸ ਤਰ੍ਹਾਂ, ਕੰਮ ਪੂਰਾ ਸਮਝਾ। ਹੁਣ ਉਹਦੇ ਨਾਲ ਹੈਲਪ ਕਰਾਉਂਦਾ, ਉਹ ਚਾਰ ਚਾਰ ਘੰਟੇ ਲੇਟ ਆਉਂਦਾ, ਕਦੀ ਨਹੀਂ ਵੀ ਆਉਂਦਾ, ਉਹ ਦੁਕਾਨ ਨੂੰ ਚਲਾਉਂਦਾ। ਇੱਕ ਦਿਨ ਕਹਿਣ ਲੱਗਾ ਮੈਂ ਬਾਹਰ ਜਾ ਰਿਹਾ, ਬਾਹਰ ਦੇ ਵਿਦੇਸ਼ 'ਚ 2 ਮਹੀਨੇ ਲਈ, ਮਗਰੋਂ ਦੁਕਾਨ ਤੂੰ ਚਲਾਉਣੀ, ਪਹਿਲਾਂ ਮੈਂ ਬੰਦ ਕਰ ਜਾਂਦਾ ਸੀ ਪਰ ਹੁਣ ਤੂੰ ਸਾਰਾ ਹੀ ਕੰਮ ਸਮਝ ਗਿਆ ਅਤੇ ਨਾਲੇ ਇਮਾਨਦਾਰ ਆ, ਤੇਰੀ ਇਮਾਨਦਾਰੀ 'ਤੇ ਮੈਨੂੰ ਫਖਰ ਹੈ। ਉਹ ਚਲਾ ਗਿਆ, ਉਹਨੇ ਦੁਕਾਨ ਜਲਦੀ ਖੋਲ੍ਹ ਲੈਣੀ ਔਰ ਲੇਟ ਬੰਦ ਕਰਨੀ। ਗਾਹਕ ਡਬਲ ਆਏ, ਜਦੋਂ ਡਬਲ ਗਾਹਕ ਆਏ ਤਾਂ ਹੁਣ ਡਬਲ ਪ੍ਰੋਫਿਟ ਕੱਢ ਲਿਆ। 2 ਮਹੀਨੇ ਬਾਅਦ ਸੇਠ ਆਇਆ, ਉਹਨੇ ਬੁਲਾਇਆ ਕਿ ਹਿਸਾਬ ਕਿਤਾਬ ਕਰ, ਉਹਨੇ 2 ਲੱਖ ਰੁਪਈਆ ਕੱਢ ਕੇ ਅੱਗੇ ਰੱਖਿਆ। ਕਹਿੰਦਾ ਉਹ 2 ਲੱਖ, ਮੈਂ ਹੁੰਦਾ ਸੀ 1 ਲੱਖ ਰੁਪਈਆ ਹੀ ਕਮਾਉਂਦੇ ਸੀ, ਤੂੰ 2 ਲੱਖ ਰੁਪਈਆ ਕਮਾ ਤਾ, ਕਿਸ ਤਰ੍ਹਾਂ ਲੋਕਾਂ ਦੇ ਕੱਪੜੇ 'ਤੇ ਨਹੀਂ ਲਾ ਲਏ ਕਿਤੇ? ਕਹਿੰਦਾ ਨਹੀਂ, ਗਾਹਕ ਜ਼ਿਆਦਾ ਆਏ, ਮੈਂ ਜਲਦੀ ਦੁਕਾਨ ਖੋਲ੍ਹ ਲੈਂਦਾ ਸੀ, ਲੇਟ ਬੰਦ ਕਰਦਾ। ਖੁਸ਼ ਹੋਇਆ, ਕਹਿੰਦਾ ਜੇ 50 ਵੀ ਦਿੰਦਾ ਤਾਂ ਮੈਂ ਇਤਬਾਰ ਕਰ ਲੈਣਾ ਸੀ, ਪਰ ਕਿਤਨਾ ਇਮਾਨਦਾਰ ਆ, ਇਹਨੇ 2 ਲੱਖ ਰੁਪਈਆ ਮੈਨੂੰ ਦੇ ਦਿੱਤਾ। ਘਰਵਾਲੀ ਨੂੰ ਕਹਿਣ ਲੱਗਾ ਇਸ ਤਰ੍ਹਾਂ ਮੇਰਾ ਜਿਹੜਾ ਨੌਕਰ ਹੈ ਉਹ ਇੰਨਾ ਇਮਾਨਦਾਰ ਆ, ਮੈਂ ਕਦੀ ਸੋਚਿਆ ਹੀ ਨਹੀਂ। ਉਹਨ ਪ੍ਰਾਫਿਟ 2 ਲੱਖ ਰੁਪਈਆ ਕਮਾਇਆ, 2 ਲੱਖ ਹੀ ਮੈਨੂੰ ਦੇ ਦਿੱਤਾ, ਉਹਦੀ ਇਮਾਨਦਾਰੀ 'ਤੇ ਮੈਨੂੰ ਫਖਰ ਹੈ ਅਤੇ ਮੇਰੀ ਮਰਜ਼ੀ ਹੈ ਮੈਂ 2 ਲੱਖ ਉਹਨੂੰ ਵਾਪਸ ਕਰ ਦੇਵਾਂ। ਕਹਿੰਦੀ ਨਹੀਂ, ਜੇ ਇਤਨਾ ਇਮਾਨਦਾਰ ਹੈ ਨਾ ਉਹ ਆਦਮੀ, ਫਿਰ 2 ਲੱਖ ਵਾਪਸ ਨਹੀਂ ਕਰਨਾ ਸਵਾਮੀ ਜੀ, ਫਿਰ ਉਹ ਨੌਕਰ ਹੀ ਰਹੇਗਾ। ਤੁਹਾਨੂੰ ਦੁਕਾਨ 'ਚ ਭਾਈਵਾਲ ਚਾਹੀਦਾ, ਉਹਨੂੰ ਭਾਈਵਾਲ ਬਣਾ ਲਓ। ਤੁਹਾਡੀ ਦੁਕਾਨ ਕਿੰਨੇ ਦੀ ਹੈ? ਕਹਿੰਦਾ 20 ਲੱਖ ਦੀ। 2 ਲੱਖ ਉਹਦਾ ਆ ਗਿਆ, ਕਿੰਨਵਾਂ ਹਿੱਸਾ ਆ ਗਿਆ? ਕਹਿੰਦਾ 10ਵਾਂ ਹਿੱਸੇ ਦਾ ਭਾਈਵਾਲ ਬਣਾ ਦਿਓ। ਉਹਨੇ ਐਫੀਡੇਵਿਟ ਲਿਖਿਆ, ਦੂਜੇ ਦਿਨ ਆਇਆ, ਉਹਨੂੰ ਦੇ ਦਿੱਤਾ। ਕਹਿੰਦਾ ਅੱਜ ਤੋਂ ਲੈ ਕੇ ਤੂੰ ਨੌਕਰ ਨਹੀਂ, ਤੂੰ ਵੀ ਮਾਲਕ ਬਣ ਗਿਆ। ਹੈਂ, ਮੈਂ ਮਾਲਕ ਬਣ ਗਿਆ? ਹਾਂ। ਕਹਿੰਦਾ ਵਾਹ ਗੁਰੂ, ਮੈਂ ਸੁਣਿਆ ਸੀ ਸਤ ਪਾਖੇ ਰਵਿਦਾਸ ਕਿ ਗੁਰੂ ਜੀ ਜੋ ਕਹਿੰਦੇ ਨੇ ਸੱਚ ਕਹਿੰਦੇ ਨੇ, ਵਾਕਿਆ ਤੁਸੀਂ ਮੈਨੂੰ ਨੀਚਾਂ ਤੋਂ ਊਚ ਬਣਾ ਦਿੱਤਾ। ਗੁਰੂ ਪਿਆਰੀ ਸਤਸੰਗਤ ਜੀ, ਅੱਜ ਅਸੀਂ ਸਾਰੇ ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਜਯੰਤੀ ਸਮਾਰੋਹ 'ਤੇ ਇਕੱਤਰ ਹੋਏ ਹਾਂ, ਉਹਨਾਂ ਦਾ ਪ੍ਰਕਾਸ਼ ਦਿਵਸ ਮਨਾ ਰਹੇ ਹਾਂ।
ਇਹ ਪ੍ਰਕਾਸ਼ ਦਿਵਸ ਹੈ ਹੀ ਨਹੀਂ ਸਮਝਣਾ ਅਸੀਂ ਕਿ ਲੰਗਰ ਲਾ ਤਾ ਅਤੇ ਖਾ ਲਿਆ, ਸੋਭਾ ਯਾਤਰਾ ਹੋ ਗਈਆਂ, ਪ੍ਰਭਾਤ ਫੇਰੀਆਂ ਹੋ ਗਈਆਂ। ਇਹ ਵਧੀਆ ਗੱਲ ਹੈ, ਇਹ ਸਾਰਾ ਕੁਝ ਤੁਸੀਂ ਵਧੀਆ ਕੀਤਾ, ਪ੍ਰਭਾਤ ਫੇਰੀਆਂ ਹੋਈਆਂ ਵਧੀਆ ਕੀਤਾ, ਸੋਭਾ ਯਾਤਰਾ ਹੋਈ ਵਧੀਆ ਕੀਤਾ, ਲੰਗਰ ਲਾਏ ਵਧੀਆ ਕੀਤਾ। ਪਰ ਨਹੀਂ, ਜੋ ਗੁਰੂ ਜੀ ਨੇ ਸਾਨੂੰ ਉਪਦੇਸ਼ ਦਿੱਤਾ ਉਹਨੂੰ ਅਪਣਾਉਣਾ। ਅਸੀਂ ਨੀਚ ਨਹੀਂ ਰਹਿਣਾ, ਅਸੀਂ ਊਚ ਬਣਨਾ, ਗੁਰੂ ਜੀ ਦੇ ਉਪਦੇਸ਼ਾਂ ਨੂੰ ਮੰਨਣਾ। ਰਵਿਦਾਸ ਜਨਮ ਕੇ ਕਾਰਨੇ ਹੋਤ ਨਾ ਕੋਈ ਨੀਚ, ਨਰ ਕੋ ਨੀਚ ਕਰ ਡਰ ਹੈ, ਹੋਸੇ ਕਰਮ ਕੀ ਕੀਚ। ਕੋਈ ਇਨਸਾਨ ਕਿਸੇ ਜਾਤੀ 'ਚ ਜਨਮ ਲੈ ਕੇ ਨੀਚ ਨਹੀਂ ਹੁੰਦਾ, ਬਲਕਿ ਨੀਚ ਉਹ ਹੁੰਦਾ ਜੋ ਨੀਚੇ ਕਰਮ ਕਰਦਾ। ਅਸੀਂ ਉਹ ਕਰਮ ਨਹੀਂ ਕਰਨੇ, ਉਹ ਬੋਲੀ ਨਹੀਂ ਬੋਲਣੀ ਜੋ ਨੀਚ ਹੋਏ, ਅਸੀਂ ਉਹ ਕਰਮ ਕਰਨੇ ਨੇ ਜਿਹਦੇ ਕਰਕੇ ਅਸੀਂ ਮਹਾਨ ਹੋਈਏ, ਜਿਹਦੇ ਕਰਕੇ ਊਚ ਬਣੀਏ। ਫਿਰ ਹੀ ਅਸੀਂ ਗੁਰੂ ਜੀ ਦੇ ਸਰਦਾਲੂ ਹਾਂ। ਗੁਰੂ ਪਿਆਰੀ ਸਤਸੰਗਤ ਜੀ, ਪਹਿਲਾਂ ਅਸੀਂ ਊਚ ਬਣਨਾ, ਫਿਰ ਉਹ ਜਿਹੜੇ ਅਜੇ ਵੀ ਨੀਚ ਖਿਆਲ ਰੱਖਦੇ ਨੇ, ਨਸ਼ਿਆਂ 'ਚ ਨੇ, ਜਿਹੜੇ ਅਜੇ ਵੀ ਅਗਿਆਨਤਾ 'ਚ ਨੇ, ਉਹਨਾਂ ਨੂੰ ਵੀ ਸਤਿਗੁਰੂ ਜੀ ਦੇ ਉਪਦੇਸ਼ਾਂ ਨਾਲ ਜੋੜਨਾ ਕਿ ਨਸ਼ੇ ਦਾ ਤਿਆਗ ਕਰ ਦੇਵੋ, ਪਿਆਰ ਨਾਲ ਪਰਿਵਾਰਾਂ 'ਚ ਰਹੋ, ਜੋ ਵੀ ਬਣਨਾ ਵਧੀਆ ਬਣੋ, ਤਾਂ ਕਿ ਅਸੀਂ ਸਾਰੇ ਹੀ ਊਚ ਬਣ ਸਕੀਏ। ਗੁਰੂ ਜੀ ਸ਼ਬਦ ਦੀਆਂ ਆਖਰਲੀਆਂ ਪੰਕਤੀਆਂ 'ਚ ਫਰਮਾਉਂਦੇ ਹਨ, ਨਾਮ ਦੇਵ ਕਬੀਰ ਤਿਲੋਚਨ ਸਦਨਾ ਸੈਨ ਤੇਰੇ, ਕਹਿ ਰਵਿਦਾਸ ਸੁਨੋ ਰੇ ਸੰਤੋ, ਹਾਰੇ ਜਿਉ ਤਿਸ ਬੈਸਰੇ, ਨਾਮ ਦੇਵ ਕਬੀਰ ਤਿਲੋਚਨ ਸਦਨਾ ਸੈਨ ਤਰੇ, ਕਹਿ ਰਵਿਦਾਸ ਸੁਨੋ ਰੇ ਸੰਤੋ, ਹਾਰੇ ਜਿਉ ਤਿਸ ਬੈਸਰੇ। ਨਾਮ ਦੇਵ ਕਬੀਰ ਤਿਲੋਚਨ ਸਦਨਾ ਸੈਨ ਤਰੇ। ਸਤਿਗੁਰ ਨਾਮਦੇਵ ਜੀ ਜਾਤ ਦੇ ਸੀਂਬੇ ਸਨ। ਮਹਾਰਾਸ਼ਟਰਾ 'ਚ ਇੱਕ ਮੰਦਰ ਹੈ, ਉੱਥੋਂ ਇਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਸਤਿਗੁਰ ਨਾਮਦੇਵ ਜੀ ਨੂੰ। ਇਹ ਮੰਦਰ ਦੀ ਬੈਕ ਸਾਈਡ ਚਲੇ ਗਏ, ਤੋ ਮੰਦਰ ਦਾ ਮੂੰਹ ਘੁੰਮ ਗਿਆ। ਸਤਿਗੁਰ ਕਬੀਰ ਜੀ ਇਹਨਾਂ ਦਾ ਪ੍ਰਭੂ ਨੇ ਆਪ ਕਾਰਜ ਰਾਸ ਕੀਤਾ। ਸਤਿਗੁਰ ਸੈਨ ਦੀ ਜਗ੍ਹਾ ਪ੍ਰਭੂ ਨੇ ਡਿਊਟੀ ਭਗਤਾ ਦਿੱਤੀ। ਸਤਿਗੁਰ ਸਦਨਾ ਜੀ ਕਸਾਈ ਸਨ, ਸਾਰੇ ਮਹਾਨ ਹੋ ਗਏ। ਗੁਰੂ ਜੀ ਕਹਿੰਦੇ ਨੇ, ਐ ਸਰਦਾਲੂਓ, ਐ ਮੇਰੇ ਸਰ ਪ੍ਰੇਮੀਓ, ਮੇਰੀ ਗੱਲ ਧਿਆਨ ਨਾਲ ਸੁਣੋ। ਜਿਹੜੇ ਲੋਕ ਗੁਰੂ ਜੀ ਦੇ ਉਪਦੇਸ਼ਾਂ 'ਤੇ ਚੱਲ ਪਏ, ਉਹਨਾਂ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਨੇ। ਗੁਰੂ ਪਿਆਰੀ ਸਤਸੰਗਤ ਜੀ, ਤਾਂ ਹੀ ਗੁਰਬਾਣੀ 'ਚ ਆਇਆ, ਸੰਤਾਂ ਕੇ ਕਾਰਜ ਆਪ ਖਲੋਇਆ, ਕਾਰ ਕਰਾਵਣ ਆਇਆ ਰਾਮ। ਸੰਤਾਂ ਕੇ ਕਾਰਜ ਆਪ ਖਲੋਇਆ,
ਉਹ ਪ੍ਰਭੂ ਖਲੋਤਾ ਕਦੋਂ? ਜਦੋਂ ਅਸੀਂ ਉਹਨਾਂ ਦੀ ਬਾਣੀ ਨੂੰ ਜੀਵਨ 'ਚ ਅਪਣਾ ਲਿਆ। ਬੇਨਤੀ ਹੈ ਉਹਨਾਂ ਦੀ ਬਾਣੀ ਨੂੰ ਆਪਣੇ ਜੀਵਨ 'ਚ ਅਪਣਾਇਓ। ਅਸੀਂ ਨੀਚ ਨਹੀਂ ਕਰ ਰਹਿਣਾ, ਉਹ ਕਰਮ ਨਹੀਂ ਕਰਨੇ ਜਿਹੜੇ ਸਾਨੂੰ ਨੀਚ ਬਣਾਉਣ, ਉਹ ਕਰਮ ਕਰਨੇ ਨੇ ਜਿਹੜੇ ਸਾਨੂੰ ਊਚ ਬਣਾਉਣ, ਮਹਾਨ ਬਣਾਉਣ। ਸਭ ਤੋਂ ਪਹਿਲਾਂ ਗੁਰੂ ਜੀ ਨੇ ਕਿਹਾ ਸੀ, ਚੱਲ ਮਨ ਹਰ ਚਟਸਾਲ ਪੜਾਉ। ਚਟਸਾਲ ਕਹਿੰਦੇ ਨੇ ਪਾਠਸ਼ਾਲਾ ਨੂੰ। ਪਾਠਸ਼ਾਲਾ ਵਿੱਚ ਜਾਓ, ਪ੍ਰੇਮ ਨਾਲ ਰਵੋ, ਨਸ਼ਿਆਂ ਤੋਂ ਦੂਰ ਰਵੋ, ਔਰ ਉਹਦੇ ਨਾਲ ਨਾਲ ਜੋ ਬਣੋ ਵਧੀਆ ਬਣੋ, ਆਪ ਮਹਾਨ ਹੋ ਜਾਵੋਗੇ, ਆਪ ਊਚ ਹੋ ਜਾਵੋਗੇ। ਇਹੀ ਗੁਰੂ ਜੀ ਦਾ ਜਨਮ ਦਿਨ ਮਨਾਉਣਾ ਹੋਏਗਾ, ਇਹੀ ਉਹਨਾਂ ਦਾ ਸੱਚਾ ਸੁੱਚਾ ਉਪਦੇਸ਼ ਹੈ। ਸਾਰੀਆਂ ਹੀ ਸੰਗਤਾਂ ਨੂੰ ਅੱਜ ਗੁਰੂ ਜੀ ਦਾ ਜਨਮ ਦਿਨ ਮਨਾਉਣ ਦੀ ਬਹੁਤ